ਰਜਦੇ ਪੁੱਜਦੇ ਅਰਾਈ ਮੁਸਲਮਾਨਾਂ ਦੇ ਪਿੰਡ ਜਨਹੇੜੀਆਂ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲਾ ਮੁਹੰਮਦ ਨਜ਼ੀਰ 1947 ਦੀ ਬਜਾਏ 1960 ਵਿੱਚ ਪਾਕਿਸਤਾਨ ਅਪੜਿਆ। ਸਾਡੇ ਚੈਨਲ ਦੇਸੀ ਇਨਫੋਟੇਨਰ ਦੀ ਰੀਤ ਮੁਤਾਬਕ ਇਹ ਇੱਕ ਹੱਦੋਂ ਵੱਧ ਦਿਲਚਸਪ ਕਹਾਣੀ ਵੀ ਹੈ ਅਤੇ 1947 ਦੇ ਹਾਲਾਤਾਂ ਬਾਰੇ ਭਰਵੀਂ ਜਾਣਕਾਰੀ ਵੀ। ਜਨਹੇੜੀਆਂ ਅਤੇ ਨਾਲ ਦੇ ਹੋਰ 12 ਪਿੰਡਾਂ ਦੇ ਵਸਨੀਕਾਂ ਨਾਲ 1947 ਵਿੱਚ ਕੀ ਬੀਤੀ। ਪਟਿਆਲਾ ਮਿਲਟਰੀ ਦੇ ਹਮਲੇ ਤੋਂ ਬਾਅਦ ਆਪਣੇ ਬਾਪ ਨਾਲ ਜਾਨ ਬਚਾ ਕੇ ਭੱਜਣ ਵਾਲੇ 6 ਸਾਲਾਂ ਦੇ ਮੁਹੰਮਦ ਨਜ਼ੀਰ ਨੇ ਕੀ ਨਾ ਭੁੱਲਣ ਵਾਲੇ ਹਾਲਾਤ ਆਪਣੀ ਅੱਖਾਂ ਨਾਲ ਵੇਖੇ। ਰਾਹ ਵਿੱਚ ਬਾਪ ਦੇ ਸ਼ਹੀਦ ਹੋਣ ਮਗਰੋਂ ਪਿੰਡ ਪੰਖੜ ਜ਼ਿਲ੍ਹਾ ਪਟਿਆਲਾ ਦਾ ਨੰਬਰਦਾਰ ਨਰਿੰਜਣ ਸਿੰਘ ਕਿੱਦਾਂ ਇਸ ਅਨਭੋਲ ਉਮਰ ਦੇ ਬੱਚੇ ਨੂੰ ਆਪਣੇ ਘਰ ਲੈ ਗਿਆ। ਨਰਿੰਜਣ ਸਿੰਘ ਅਤੇ ਮੁਹੰਮਦ ਨਜ਼ੀਰ ਦਾ 13 ਸਾਲਾਂ ਦਾ ਸਾਥ ਕਿਵੇਂ ਨਿਭਿਆ। ਇਸ ਕਹਾਣੀ ਦਾ ਸੁਣਨਾ ਕਿਸੇ ਤਵਾਰੀਖੀ ਨੋਵਲ ਦੇ ਪੜ੍ਹਨ ਤੋਂ ਘੱਟ ਨਹੀਂ। ਐਸਾ ਬੀਤੀ ਨੂੰ 2 ਹਿੱਸਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਆਓ ਵੇਖਦੇ ਹਾਂ ਇਸ ਵੀਡੀਓ ਦਾ ਪਹਿਲਾ ਹਿੱਸਾ। ਉਹਨਾਂ ਨੇ ਨਾ 2-3 ਥਾਂ ਤੋਂ ਮੋਹਰੇ ਕਰਕੇ ਨਾ ਤੇਲ ਸੁੱਟ ਦਿੱਤਾ ਵਿੱਚ ਅਤੇ ਲੱਗ ਲਾ ਦਿੱਤੀ ਉੱਤੋਂ। ਉਹ ਪੁੱਤਰਾ ਮੇਰੇ ਕੋਲ ਗੱਲ ਹੋ ਨਹੀਂ ਰਹੀ ਕਿਉਂ, ਮੈਂ ਵਾਕਿਆ ਵੇਖਿਆ, ਮੈਂ ਆਪਣੀ ਅੱਖਾਂ ਨਾਲ ਵਾਕਿਆ ਵੇਖਿਆ ਔਰ ਮੇਰੇ ਅੱਖਾਂ ਅੱਗੇ ਰਹਿੰਦਾ ਹਰ ਵੇਲੇ। ਸੁਣੀ ਗੱਲ? ਅਤੇ ਕਈ ਗੱਲਾਂ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ, ਮੇਰਾ ਅੰਦਰ ਰੋਣ ਡਿਆ। ਉਹ ਬਚ ਗਿਆ ਸੀ ਵੈਸੇ ਸਾਰੇ? ਕੌਣ? ਤੁਹਾਡੇ ਭੈਣ ਭਾਈ ਅਤੇ ਮਾਂ? ਮਾਂ ਜੀ, ਦੋ ਭਾਈ ਮੇਰੇ ਪਿੱਛੇ ਮਰ ਗਏ, ਦੋ ਭੈਣਾਂ ਮਰ ਗਈਆਂ ਉੱਥੇ ਪਿੰਡ ਹੀ। ਪਿੰਡ ਹੀ? ਹਾਂਜੀ। ਸ਼ਹੀਦ ਹੋ ਗਏ? ਬਿਲਕੁਲ ਸ਼ਹੀਦ ਹੋ ਗਏ, ਦੋ ਭੈਣਾਂ ਦੋ ਭਾਈ। ਹਾਂਜੀ। ਬਾਕੀ ਜੀ ਕਿਤਨੇ ਬਚੇ ਸੀ ਤੁਹਾਡੇ? ਬਾਕੀ ਜੀ ਕਿਹੜਾ ਰਿਹਾ ਫਿਰ? ਉਹਨਾਂ ਨੂੰ ਆਖਣ ਲੱਗਾ ਸਿੱਖਾਂ ਨੂੰ, ਆਹ ਮੁੰਡਾ ਮੇਰਾ, ਆਹ ਭਾਈ ਦਾ, ਅਤੇ ਇਹ ਮੇਰੇ ਮੁੰਡੇ ਨੂੰ ਨਾ ਮੇਰੇ ਉੱਤੇ ਰੱਖ ਕੇ ਨਾ ਅਤੇ ਇਹਦੇ ਮੇਰੇ 4 ਟੋਟੇ ਕਰ ਦਿਓ। ਉਹਨਾਂ ਨੇ 4 ਟੋਟੇ ਕੀਤੇ, ਉਹਦੇ ਮੁੰਡਾ ਵੀ ਨਾ ਰੱਖ ਲਿਆ। ਹਾਂਜੀ। ਪਿਓ ਪੁੱਤਰਾਂ ਦੋਵਾਂ ਦੇ? ਹਾਂ, ਦੋਵਾਂ ਦੇ। ਵਾਰੀ ਆ ਗਈ ਸਾਡੀ। ਉਸ ਉਹਦਾ ਨਾਂ ਕੀ ਸੀ ਜਿਹੜਾ ਤੁਹਾਨੂੰ ਲੈ ਕੇ ਆਇਆ ਸੀ? ਨਿਰੰਜਣ ਸੀ ਉਹਦਾ ਨਾਂ। ਨਿਰੰਜਣ ਸਿੰਘ? ਨਿਰੰਜਣ ਸਿੰਘ, ਆਹ ਠੀਕ ਹੈ। ਲੰਬੜਦਾਰ ਸੀ ਪਿੰਡ ਦਾ ਉਹ। ਨਿਰੰਜਣ ਸਿੰਘ ਪਿੰਡ ਦਾ ਨੰਬਰਦਾਰ ਸੀ ਭੰਖੜ ਦਾ? ਭੰਖੜ ਦਾ। ਅਤੇ ਉਹਦਾ ਪਿਓ ਜਿਹੜਾ ਸੀ ਉਹਦਾ ਨਾਂ ਸੀ ਮੁਨਸ਼ੀ ਸਿੰਘ। ਮੁਨਸ਼ੀ ਸਿੰਘ? ਹਾਂਜੀ। ਉਹਨੂੰ ਕਹਿਣ ਲੱਗਾ ਮੁੰਡੇ ਆਪਣੇ ਨੂੰ, ਨਿਕਾ ਜਿਹਾ ਬਾਲ ਹੈ ਇੱਥੇ, ਕਿੱਥੇ ਸੰਤਾਪ ਲਿਆ ਕੇ ਰੱਖ ਲਿਆ, ਇਹਨੇ ਰੋਈ ਜਾਂਦਾ ਅਤੇ ਸਾਨੂੰ ਵੀ ਨਹੀਂ ਸੌਣ ਦਿੰਦਾ। ਉਹ ਆਖਣ ਲੱਗਾ ਬਾਪੂ, ਕਹਿੰਦਾ ਇਹਦਾ ਅੱਜ ਲੱਲਾ ਦੇਗਾ ਮੈਨੂੰ। ਲਓ ਜੀ, ਅਸੀਂ ਇਸ ਵੇਲੇ ਬੈਠੇ ਹਾਂ ਕੋਟਲੀ ਮਾਨੂ ਸਿੱਧੂ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ। ਅੱਜ ਇੱਕ ਹੋਰ ਬਜ਼ੁਰਗ ਸਾਡੇ ਨਾਲ ਨੇ ਜਿਨ੍ਹਾਂ ਦੀ ਜ਼ਿੰਦਗੀ ਸੁਣਨ ਵਾਲੀ ਹੈ। ਸਾਰੀ ਕਹਾਣੀ ਤੁਹਾਨੂੰ ਇੱਕ ਨਵੀਂ ਦੁਨੀਆ 'ਚ ਲੈ ਜਾਏਗੀ। ਆਓ ਗੱਲਬਾਤ ਕਰੀਏ। ਬਾਬਾ ਜੀ, ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਨਜ਼ੀਰ ਹੈ। ਅੱਛਾ ਬਾਬਾ ਜੀ, ਮੁਹੰਮਦ ਨਜ਼ੀਰ, ਤੁਹਾਡੇ ਵਾਲਦ ਸਾਹਿਬ ਦਾ ਬਾਪੂ ਦਾ ਕੀ ਨਾਂ ਸੀ? ਅਬਦੁਲ ਮਜੀਦ। ਅਬਦੁਲ ਮਜੀਦ। ਅਤੇ ਆਪਣਾ ਪਿਛੋਕੜ ਦਾ ਪਿੰਡ ਕਿਹੜਾ ਸੀ ਜਿੱਥੇ ਤੁਹਾਡਾ ਜੰਮ ਹੋਇਆ? ਜਨਹੇੜੀ। ਜਨਹੇੜੀ ਕਿਹੜੇ ਇਲਾਕੇ 'ਚ ਆਉਂਦਾ ਸੀ? ਜ਼ਿਲ੍ਹੇ ਪਟਿਆਲੇ 'ਚ। ਪਟਿਆਲਾ ਦੀ ਰਿਆਸਤ ਦੇ ਵਿੱਚ ਸੀ। ਆਸੇ ਪਾਸੇ ਦੇ ਪਿੰਡ ਦੱਸਣਾ ਜੀ ਸਾਨੂੰ। ਫਤਿਹਪੁਰ 1, ਦੌਣ 2, ਛੋਟੀ ਦੌਣ, ਦੋ ਦੌਣਾ। ਦੋ ਦੌਣਾ ਸੀ? ਹਾਂਜੀ। ਅੱਛਾ। ਇੱਕ ਫਤਿਹਪੁਰ, ਘਨੌਰ, ਹੜਾਣਾ, ਚਨੌਰ, ਹਾਂ, ਫਿਰ ਪਟਿਆਲਾ। ਅੱਛਾ ਜੀ। ਹਾਂ, ਪਟਿਆਲਾ ਵੀ ਲਾਗੇ ਸੀ? ਹਾਂਜੀ। ਅੱਛਾ ਜੀ। ਹੋਰ 6 ਮੀਲ ਪੰਧ ਸਾਡੇ ਤੋਂ ਪਟਿਆਲਾ, 3 ਮੀਲ ਸਨੌਰ ਸਾਡੇ ਤੋਂ। ਅੱਛਾ, ਜਿੱਥੇ ਮੈਂ ਰਹਿ ਕੇ ਆਇਆ। ਹਾਂ, ਬਾਅਦ 'ਚ ਵੀ ਤੁਸੀਂ ਉੱਥੇ ਰਹੇ ਕਾਫੀ ਅਰਸਾ, 1960 ਵਿੱਚ ਕਿਧਰੇ ਪਾਕਿਸਤਾਨ ਆਏ ਹੋ। ਹਾਂਜੀ। ਅੱਛਾ, ਬਾਕੀ ਦੀਆਂ ਗੱਲਾਂ ਤਾਂ ਆਪਾਂ ਤੁਹਾਡੇ ਨਾਲ ਕਰਦੇ ਹਾਂ। ਇਹ ਦੱਸੋ,
ਵੀ ਉਹ ਜਿਹੜੇ ਪਿੰਡ 'ਚ ਤੁਹਾਡਾ ਜੰਮ ਹੋਇਆ ਸੀ ਜਨਹੇੜੀ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ? ਉੱਥੇ ਦੇ ਜੀ ਜੇ ਸਹੀ ਗੱਲ ਪੁੱਛੋ ਨਾ, ਹਾਂ ਉੱਥੇ ਚੰਜ ਘਰ ਸੀ ਸਿੱਖਾਂ ਦੇ। ਅੱਛਾ ਜੀ। ਪੰਜ ਘਰ ਸਨ ਸਿੱਖਾਂ ਦੇ, ਸਾਰਾ ਪਿੰਡ ਸਾਡਾ ਨਾ ਬਹੁਤ ਪਿੰਡ ਵੱਡਾ ਸੀ। ਹਾਂ ਹਾਂ ਹਾਂਜੀ। ਸਾਰਾ ਮੁਸਲਮਾਨ ਸੀ? ਸਾਰੇ ਰਾਈ ਸਨ। ਅਰਾਈ ਆਪਣੀ ਬਰਾਦਰੀ ਅਰਾਈ ਹੈ? ਹਾਂਜੀ। ਅੱਛਾ, ਯਾਨੀ ਅਰਾਈ ਮੁਸਲਮਾਨਾਂ ਦਾ ਪਿੰਡ ਸੀ ਉਹ? ਹਾਂਜੀ। ਅਤੇ ਤਿੰਨ ਘਰ ਸੀ ਸਾਈਆਂ ਦੇ। ਠੀਕ ਹੈ ਠੀਕ ਹੈ। ਇੱਕ ਘਰ ਮੋਰਚੀਆਂ ਦਾ ਸੀ, ਇੱਕ ਘਰ ਵਾਧਾ ਸੀ, ਬਾਕੀ ਸਾਰਾ ਅਰਾਈ ਵਾਧਾ ਸੀ। ਹਾਂ ਅਰਾਈ ਵਾਧਾ ਸੀ। ਅਤੇ ਉਹਨਾਂ ਅਰਾਈਆਂ 'ਚੋਂ ਤੁਹਾਡੀ ਕਹਾਣੀ ਅੱਗੇ ਚੱਲ ਕੇ ਬੜੀ ਦਿਲਚਸਪ ਹੋਣ ਵਾਲੀ ਹੈ। ਇਹ ਦੱਸੋ ਸਾਨੂੰ ਕਿ ਉਹਨਾਂ ਰਾਈਆਂ 'ਚੋਂ ਮਸ਼ਹੂਰ ਬੰਦੇ ਕਿਹੜੇ ਸੀ ਪਿੰਡ ਦੇ, ਕੋਈ ਯਾਦ ਨੇ, ਕੋਈ ਪਤਾ ਹੋਵੇ ਤੁਹਾਨੂੰ? ਸਾਡੇ ਪਿੰਡ? ਹਾਂ ਜਨਹੇੜੀ ਦੇ। ਜਨਹੇੜੀ ਦੇ ਉੱਥੇ ਜੀ ਮੇਰਾ ਤਾਇਆ ਲੱਗਦਾ ਸੀ, ਉਹ ਲੰਬੜਦਾਰ ਸੀ। ਉਹਨਾਂ ਦਾ ਨਾਂ ਕੀ ਸੀ? ਗਨੀ। ਗਨੀ ਨੰਬਰਦਾਰ? ਹਾਂਜੀ ਠੀਕ ਹੈ। ਅਬਦੁਲ ਗਨੀ ਹੋਣਾ ਪੂਰਾ? ਅਬਦੁਲ ਗਨੀ ਸਿਲਵਾਣਾ। ਅੱਛਾ ਜੀ। ਅਤੇ ਹੋਰ ਬਾਊ? ਅੱਛਾ ਜੀ। ਉਹ ਪਟਵਾਰੀ ਸੀ। ਉਹ ਪਟਵਾਰੀ ਸੀ? ਹਾਂਜੀ। ਬਾਊ ਪਟਵਾਰੀ ਵੀ ਮਸ਼ਹੂਰ ਸੀ? ਹਾਂਜੀ ਉਹ ਵੀ ਮਸ਼ਹੂਰ ਸੀ। ਹੋਰ ਕਈ ਬੰਦੇ ਮਸ਼ਹੂਰ ਸੀ, ਮੈਂ ਨਹੀਂ ਜਾਣ 'ਚ ਗੱਲ। ਠੀਕ ਹੈ। ਸੰਨ 47 ਵਿੱਚ ਤੁਹਾਡੀ ਉਮਰ ਸੀ? 6 ਸਾਲ। 6 ਸਾਲ। ਹੁਣ 6 ਸਾਲ ਦੇ ਬੱਚੇ ਨੂੰ ਬਾਹਲੀਆਂ ਗੱਲਾਂ ਨਹੀਂ ਯਾਦ ਹੁੰਦੀਆਂ, ਲੇਕਿਨ ਅੱਗੇ ਚੱਲ ਕੇ ਜਿਹੜੀ ਕਹਾਣੀ ਹੈ ਨਾ ਬਾਬਾ ਜੀ ਦੀ, ਉਹ ਆਮ ਲੋਕਾਂ ਨਾਲੋਂ ਬਹੁਤ ਵੱਖਰੀ ਹੈ। ਅਤੇ ਆਓ ਸੁਣੀਏ ਅੱਗੇ ਚੱਲ ਕੇ। ਫਿਰ ਬਾਬਾ ਜੀ 1947 ਆ ਗਿਆ ਜਦੋਂ ਇਹ ਵੰਡ ਹੁੰਦੀ ਹੈ। ਉਦੋਂ ਪਹਿਲੇ ਜਿਹੜੇ ਪਿੰਡ ਵਿੱਚ ਸਿੱਖ ਵਸਦੇ ਸੀ, ਉਹਨਾਂ ਨਾਲ ਤੁਹਾਡੇ ਤਾਲੁਕਾਤ ਅਰਾਈਆਂ ਦੇ ਠੀਕ ਸੀ? ਉਹ ਤਾਂ ਜੀ ਇੰਜ ਦੀ ਗੱਲ ਸੀ, ਉਹ ਜਿਹੜੇ ਸਿੱਖ ਸਨ ਨਾ ਸਾਡੇ ਪਿੰਡ, ਮੇਰੇ ਵਡੇਰਿਆਂ ਨੇ ਮੈਨੂੰ ਗੱਲਾਂ ਸੁਣਾਈਆਂ। ਹਾਂਜੀ ਵਡੇਰੇ ਦੱਸਦੇ ਹੋਣਗੇ ਬਾਅਦ 'ਚ ਜੀ। ਉਹ ਜਿਹੜੇ ਸਿੱਖ ਸਨ ਨਾ, ਉਹ ਤਾਂ ਤਾਵੇਦਾਰ ਸਨ ਸਾਡੇ, ਉਹ ਤਾਂ ਉੱਥੇ ਉਹਨਾਂ ਦੇ 2-3 ਘਰਾਂ ਦਾ ਕੀ ਕੋਈ ਦਾਲ ਗਲਦੀ ਨਹੀਂ ਹੈਗੀ। ਕਿੰਨੇ ਭੈਣ ਭਾਈ ਸੀ ਤੁਸੀਂ? 4 ਭਰਾ ਸਨ, 2 ਭੈਣਾਂ ਸੀ ਮੇਰੀਆਂ। ਉਹ 2 ਭਰਾ ਮੇਰੇ ਇੱਥੇ ਆ ਗਏ ਸਨ, ਮਾਈ ਮੇਰੀ ਆ ਗਈ ਸੀ। ਅੱਛਾ, ਫਿਰ 47 ਵਿੱਚ ਜਿਸ ਵੇਲੇ ਚੱਲ ਚਲਾ ਦਾ ਮੇਲਾ ਹੋਇਆ ਕਿ ਇੱਥੋਂ ਜਾਣਾ, ਕਿਵੇਂ ਨਿਕਲੇ ਸੀ? ਪਿੰਡ 'ਤੇ ਹਮਲਾ ਹੋ ਗਿਆ ਸੀ ਕੋਈ? ਉੱਥੇ ਤਾਂ ਜੀ ਮਿਲਟਰੀ ਆ ਗਈ ਸੀ। ਮਿਲਟਰੀ ਆ ਗਈ ਸੀ? ਉਹਨਾਂ ਨੇ ਦੁਆਲੇ ਲਾ ਕੇ ਨਾ ਮਸ਼ੀਨਾਂ ਪੇੜ ਦਿੱਤੀਆਂ ਸਾਰੇ ਪਿੰਡ ਦੇ। ਸਾਡੇ ਪਿੰਡ ਨਾ ਉਧਰਾਂ 12 ਪਿੰਡ ਇਕੱਠੇ ਹੋਏ ਸੀ ਮੁਸਲਮਾਨਾਂ ਦੇ। ਅੱਛਾ ਜੀ। ਹਾਂਜੀ, ਦੁਆਲੇ ਦੇ ਪਿੰਡ ਜਿਹੜੇ ਮੁਸਲਮਾਨ ਸਨ ਨਾ, ਸਾਡੇ ਪਿੰਡ, ਸਾਡਾ ਪਿੰਡ ਬਹੁਤ ਵੱਡਾ ਸੀ। ਅੱਛਾ, ਸਾਡੇ ਪਿੰਡ 12 ਪਿੰਡ ਸਾਡੇ ਪਿੰਡ ਆਏ ਸੀ ਪਨਾਹ ਲੈਣ। ਪਰ ਪਨਾਹ ਲੈਣ ਵਾਸਤੇ ਵੀ ਇਹ ਤਗੜੇ ਅਰਾਈ ਨੇ, ਇਹਨਾਂ ਦੇ ਨੇੜੇ ਕੋਈ ਨਹੀਂ ਆਉਂਦਾ? ਨਾ ਬਿਲਕੁਲ ਨਹੀਂ। ਅੱਛਾ, ਫਿਰ ਉਹ 12 ਪਿੰਡ ਤੁਹਾਡੇ ਪਿੰਡ ਇਕੱਠੇ ਹੋ ਗਏ, ਜਦੋਂ ਰੋਲੇ ਪੈਣਾ ਸ਼ੁਰੂ ਹੋਏ, ਹਮਲੇ ਹੋਣਾ ਸ਼ੁਰੂ ਹੋਏ, ਉਸ ਤੋਂ ਬਾਅਦ ਮਿਲਟਰੀ ਆ ਗਈ? ਉਦੋਂ ਨਾ ਜੀ ਇੱਕ ਚੌਰੀ ਬੰਦਾ ਰੱਖ ਲਓ ਤੁਸੀਂ ਸਾਡੇ ਪਿੰਡ, ਉਹਨੂੰ ਕਹਿੰਦੇ ਮੀਆਂ ਜੀ, ਰਾਈ ਸਨ ਉਹ ਵੀ। ਮੀਆਂ ਜੀ? ਹਾਂਜੀ। ਉਹ ਨਾ ਪਿੱਛੇ ਨਾ ਉਹਦੀਆਂ ਬੱਚੀਆਂ ਅਤੇ ਉਹਦੀਆਂ ਨੂੰਹਾਂ, ਉਹਦੀ ਜਨਾਨੀ ਸਿੱਖਾਂ ਨੇ ਫੜ ਲਈ। ਇਹ ਕਿਹੜੇ ਪਿੰਡ ਦਾ ਸੀ? ਹਾਂਜੀ ਸਾਡੇ ਪਿੰਡ ਦਾ ਜੀ। ਜਨਹੇੜੀ? ਉਹ ਕਿੱਥੇ ਫੜੀਆਂ ਗਈਆਂ ਸੀ? ਹਾਂਜੀ ਉਹ ਕਿੱਥੇ ਫੜੀਆਂ? ਜਨੇ ਉੱਥੇ ਫੜੀਆਂ ਗਈਆਂ ਗੇ ਉਸ ਪਿੰਡ ਦੇ ਬੰਦੇ? ਪਿੰਡ 'ਚ? ਹਾਂਜੀ ਪਿੰਡ 'ਚ ਉਹ 12 ਪਤਾ ਨਹੀਂ ਕਿੰਨੇ ਪਿੰਡ ਦੁਆਲੇ ਸਿੱਖਾਂ ਦੇ ਹੋਏ ਸਨ। ਅੱਛਾ ਜੀ। ਹਾਂਜੀ। ਤੁਹਾਡੇ ਪਿੰਡ ਵਿੱਚ ਇੱਕ ਤਾਂ 12 ਪਿੰਡ ਮੁਸਲਮਾਨਾਂ ਦੇ ਜਮ੍ਹਾਂ ਹੋ ਗਏ? ਹਾਂਜੀ। ਉਹ ਪਤਾ ਨਹੀਂ ਜਿਹੜੇ ਲਾਮੋ ਜਿਹੜੇ ਨਾ ਸਿੱਖ, ਉਹ ਪਤਾ ਨਹੀਂ ਕਿੰਨੇ ਦੇ ਪਿੰਡ ਆਏ ਸਨ ਦੁਆਲੇ ਸਾਡੇ। ਤੁਹਾਡੇ ਪਿੰਡ ਵਿੱਚ ਮੁਸਲਮਾਨ ਵੀ ਆ ਗਏ ਸਨ 12 ਪਿੰਡਾਂ ਦੇ? ਹਾਂਜੀ। ਅਤੇ ਉਸ ਤੋਂ ਬਾਅਦ ਉੱਤੇ ਤੁਹਾਡੇ ਹਮਲਾ ਹੋ ਗਿਆ? ਬੜਾ ਹੋਇਆ ਗਏ, ਮਿਲਟਰੀ ਨੇ ਆ ਕੇ, ਮਿਲਟਰੀ ਨੇ ਆ ਕੇ ਉਹਨੇ ਅੱਗ ਲਾ ਦਿੱਤੀ ਪਿੰਡ 'ਚ ਗਏ। ਬਿਲਕੁਲ ਉਹਨੇ ਨਾ ਜੀ ਬੜਾ ਮੁਲਕ ਮਾਰਿਆ ਉੱਥੇ ਤੁਹਾਡੇ ਪਿੰਡ, ਉੱਥੋਂ ਦੀ ਮਿਲਟਰੀ ਨੇ ਬੜੇ ਲੋਕ ਮਾਰੇ, ਬੜੇ ਸਿੱਖਾਂ ਨੇ ਮਾਰੇ, ਮਿਲਟਰੀ ਨੇ ਮਾਰੇ। ਉਹਨਾਂ ਨੂੰ ਤਾਂ ਮਸੀਤ ਸੀ ਸਾਡੇ, ਖੂਹੀਆਂ ਨਹੀਂ ਮਸੀਤ ਦੇ ਵਿੱਚ, ਅੱਧੀਆਂ ਬਾਹਰ ਅੱਧੀਆਂ ਅੰਦਰ ਹੁੰਦੀਆਂ ਮਸੀਤ 'ਚ। ਠੀਕ ਹੈ। ਉਹ ਬੀਬੀਆਂ ਨਾਲ ਨਾ ਆਪਣੀ ਇੱਜ਼ਤ ਬਚਾਉਣ ਵਾਸਤੇ ਸਿੱਖਾਂ ਤੋਂ ਅਤੇ ਖੂਹ 'ਚ ਛਾਲਾਂ ਮਾਰ ਦਿੱਤੀਆਂ ਵਿੱਚ, ਜਿਉਂਦਿਆਂ ਖੂਹ 'ਚ ਛੱਡਿਆ। ਉਹ ਜਦ ਖੂਹ ਭਰ ਗਿਆ, ਮੈਂ ਆਪਣੀ ਅੱਖਾਂ ਨਾਲ ਵੇਖਿਆ। ਅੱਛਾ ਜੀ। ਉਹ ਜਿਹੜੇ ਉੱਤੇ ਸੀ ਨਾ ਬੁੜੀਆਂ ਆਈਆਂ ਜਨਾਨੀਆਂ, ਉਹਨਾਂ ਨੂੰ ਸਿੱਖ ਵੱਢਣ ਡਏ ਨੇ ਕੁਹਾੜੀਆਂ ਨਾਲ। ਅੱਛਾ ਜੀ। ਹਾਂਜੀ, ਉਹਨਾਂ ਨੂੰ ਸਿੱਖ ਮਾਰਨ ਡਏ ਨੇ। ਉੱਧਰ ਉਹਨਾਂ ਨੇ ਮਸੀਤ ਦੀ ਛੱਤ ਪਾੜ ਦਿੱਤੀ ਸਿੱਖਾਂ ਨੇ, ਉੱਥੇ ਲਿਆ ਕੇ ਨਾ ਮਿੱਟੀ ਦੇ ਤੇਲ ਦੇ ਟੀਨ ਅਤੇ ਸੁੱਟ ਦਿੱਤੇ ਉੱਤੇ ਛੱਤ 'ਤੇ। ਛੱਤ 'ਤੇ ਚੜ੍ਹ ਕੇ ਨਾ ਅਤੇ ਸਿੜ ਉੱਥੇ, ਮੇਰਾ ਖਿਆਲ ਹੈ ਕੋਈ 500 ਜੀ ਸੀ ਮਸੀਤ ਦੇ ਵਿੱਚ ਮੁਸਲਮਾਨ। ਅੱਛਾ ਜੀ।
हाँ जी, उन्होंने ना दो तीन थां तो मोहरे करके ना पेट्रोल छड़ दिता भाई, तेल छड़ता, तेल सुट दिता बिच, तो लग ला दी उत्तों। वो पुत्रा मेरे को गल हो नहीं रही, क्यों मैं वाकया वेख्या, मैं अपनी अखा वाकया वेख्या और मेरे अखा अगे रहा हर वे सुनी गल। तो कई गल् मैं तुम्हें दस ही नहीं सकता, मेरा अंदर रोन डिया है। मेरा प्यो ना मेरे सामने मारे, थोड़े सामने शहीद किया। हाँ जी, असी एक नाई सी साढ़े पिंड का, हाँ जिड्डा कि मैं सी ना 6 साल का, 6 साल का बच्चा उहदा सी नाई का। अच्छा जी, वो बड़ा जवान नाई, अच्छा लत्था खेडदा सी। अच्छा जी, असी एक पिंड ना जाके ना रात नू पिंडों निकल गए ना, जिसले हमला होया पिंड ते। हाँ जी, असी पिंडों निकल गए, तुसी भज पे पिंडों निकल गया। हमला रात नू होया सी कि दिन नू होया सी? हमला दिन नू होया जी, दिन नू होया, दिन नू होया। और गल सुनो बिजली, हाँ वो जिहड़ी मियां जी वाली गल तुहानू सुनाउण लगे सी। अच्छा जी, हाँ जी सुनाओ। वो सिखा ने वो सारा पिंड जिहड़ा सी ना, 12 पिंड इकट्ठे होए। उन्होंने ना एक उत्थे ना दौण च, मुसलमान से वो मुंडा बंदा है, वो लंबड़दार भी सी, होर पिंड दा। ठीक है, उन्हें ना आके ना पिंड साढ़े सियाने सियाने बंदे इकट्ठे करके ना उन्हें कहा पिंड इतों निकल जाओ, निकलो। मिंट्री चली गई मार मूर के ना, ते चली गई। फिर एक होर मुसलमानों की मिंट्री आई है। अच्छा, हाँ जी, अच्छा, वो पता नहीं इधरों गई या कितों नहीं आई। ठीक है, उन्होंने फिर वो जेड़े सन ना मिंट्री दूसरी सिखा दी, उन्हें बड़े मारे ने, वो बड़े मारे ने, वो भज गए। वो कितने भज गए? एक सोना पिंड सी, ये जिहड़ी वो पहली मिलटरी आई सी मारन वाली, वो भज गई। हाँ जी, हाँ जी। अच्छा जी, उन्होंने मारे ना अपने जिहड़े मिलटरी गई। अच्छा जी, उन्होंने मारिया उन्होंने बड़ा। ठीक है, भजा दिते, फिर हमला रुकिया। हाँ जी, वो अच्छा। फिर ना सलाह की थी, निकल चलो। हाँ, निकल गए पिंड 12 पिंड। हाँ, निकल गए एड्डी दूर चले गए, जिमें कि इतों तुसी समझ लो भाई गुजराना। ठीक है, उत्थे सी ना, मैं उत्थे उत्थे सी कैंप लगा आ। कैंप लगा सी? हाँ जी। केड़ी जगह कोई याद है वो कैंप किथे लगा सी? अंबाले लगा सी। अंबाले लगा सी, शहर अंबाला सी, बड़ा मशहूर। अच्छा, कैंप जाण तो पहले मियाँ साहब दी तुसी गल सुना रहे सी? हाँ, मियाँ उंदी ओही गल तैनूं दस्सण। अच्छा, तुसी कैंप चले गए? नहीं जी, अजे तां गए ही नहीं। अच्छा, ठीक है, उरे रह गए ना। अगे फिर ना नहर आ गई इक, वो नहर ते ना उन्होंने ना सिखा ने उत्थे बड़े पिंड जोड़े सन, भी नहर लंघणगे ना मुसलमान नहर ते आ गए ते इन्हां नूं मारांगे, इत्थे मुसलमानां नूं मारांगे असीं इत्थे। गल्लां पुत्तरा नहीं मुकणियां मेरे कोल। अच्छा, वो जिहड़ा मियाँ जी सी ना, उन्होंने काबू कर लिया सिखां ने, उहदी बच्चियां नूहां पिछे साढ़े पिंड जनहेड़ी। अच्छा, काबू कर लिया उन्होंने। अच्छा जी, हाँ जी, हुण वो जिहड़ियां बच्चियां सन ना जां उन्हां दियां नूहां सी ना मीए साहब दियां, ते उहदे 12 इंजन लगे सी पिंडां च मीए दे। अच्छा जी, हाँ जी, आ आटा पीण वाले। हाँ हाँ हाँ, उत्थे ना उन्हां तों उन्हां ने ना सिखां ने ना लिखा लिया मीए तों ਵੀ ਅਮਨ ਹੋ ਗਿਆ, ਅਤੇ ਜਿਹੜੇ 12 ਪਿੰਡ ਉੱਥੇ ਬੈਠੇ ਨਾ ਰਾਤ ਨੂੰ, ਉਰਾ ਅੰਬਾਲੇ ਨਹੀਂ ਗਏ, ਉਰਾ ਹੀ ਰਹਿ ਗਏ। ਉਹ ਨਾਰ 'ਤੇ ਪਤਾ ਲੱਗ ਗਿਆ ਨਾ ਵੀ ਨਾਰ 'ਤੇ ਸਿੱਖ ਬੈਠੇ ਨੇ, ਅੱਗੋਂ ਵੀ ਨਾਕਾਬੰਦੀ ਹੋਈ, ਨਾਕਾਬੰਦੀ ਹੋ ਗਈ। ਉਹ ਪਿਛਲੇ ਪਿੰਡ ਸੀ ਬਰਨਾਲਾ, ਬਰਨਾਲਾ, ਹਾਂਜੀ, ਉਸ ਪਿੰਡ 'ਚ ਨਾ ਪਿੰਡ 'ਚ ਨਹੀਂ ਵੜੇ, ਬਾਹਰ ਬਹਿ ਗਏ। ਇੰਨਾ ਨਾ ਪਾਣੀ ਸਾਉਣ ਭਾਦਰੋਂ 'ਚ, ਇੰਨਾ ਨਾ ਜੀ ਪਾਣੀ, ਪਾਣੀ 'ਚ ਬੈਠ ਗਏ।
अच्छा मीह पैंदे सी बल्ले बल्ले 8 दिन बाढ़ सनी हटी अच्छा पूरे 8 दिन अच्छा जी असीं पानी जी डुब जांदे जी साडा प्यो ना तोड़दा ना सानू माड़ा मोटा हाँ क्यों चक के लै गए सानू पानी जी साडे कोल तुरिया तो नहीं जांदा बच्चियां कोल नहीं तुरिया जांदा उहना मोढे ते रख लैणा सानू हाय हाय उत्थे जी फिर ना एक बंदा काशद वो ना जिहड़ा पिंड जिहड़ा नंबरदार सी ना गनी ओहदा वो ना चौकीदार सी अच्छा जी वो मोची सन हाँ 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 उन्होंने वो लिख के ना परचा मीए दे नां दा ते उस मोची नूं कर दिता अच्छा जी भी जाओ उत्थे ना उन्होंने नंबरदार नूं ना दे दिओ जाके अच्छा जी वो जो वो चिट्ठी लैके गया साहब नाल उत्थे जो गया वो लंबड़ नूं बखाया उन्होंने कहन लगा जी हाँ मीहे दा रुका है अमन हो गया ते आ जाओ वो धोखे नाल भेजिया हाँ हाँ धोखे नाल सिखां ने धोखे नाल लिखा लिया वो तो बेचारे तो मैं नहीं मार दांगे पल्ले कदे वो जिहड़ा मीहां सी उहदे कोल लिखवाया हाँ जी अच्छा जी उहदे कोलों लिखा लिया ਉਹਨੂੰ ਮੋਚੀ ਨੂੰ ਨਾ ਘੱਲ ਦਿੱਤਾ ਵੀ ਜਾਓ ਉੱਥੇ ਲੰਬੜਦਾਰ ਹੁੰਦੇ ਜਾ ਕੇ ਜਿਹੜਾ ਪਿੰਡ ਨਿਕਲ ਗਿਆ ਅਤੇ ਨਾਲ ਜਿਹੜੇ ਦੂਜੇ ਪਿੰਡ ਵੀ ਗਏ ਹਾਂਜੀ ਉਹਨਾਂ ਨੂੰ ਜਾ ਕੇ ਕਹਿ ਵੀ ਪਿੱਛੇ ਅਮਨ ਹੋ ਗਿਆ ਅਮਨ ਹੋ ਗਿਆ ਆ ਜਾਓ ਵਾਪਸ ਆ ਜਾਓ ਬਰਨਾਲੇ ਰੁੱਕਾ ਪਹੁੰਚਿਆ ਹਾਂਜੀ ਹਾਂਜੀ ਉਹ ਬਰਨਾਲੇ ਦੇ ਘੋੜੇ 'ਤੇ ਗਿਆ ਬੰਦਾ ਮੋਚੀ ਜਿਹੜਾ ਹਾਂਜੀ ਠੀਕ ਹੈ ਉੱਥੇ ਜਾ ਕੇ ਨਾ ਹੋਰ ਵੀ ਸਿਆਣੇ ਬੰਦੇ ਹੈਗੇ ਸਨ ਹਾਂ ਉਹਨਾਂ ਨੇ ਪੁੱਛਿਆ ਬਈ ਉਹਨਾਂ ਬਈ ਕਿਉਂ ਉਹ ਤਾਂ ਮੋਚੀ ਜਾਣਦਾ ਸੀ ਨੰਬਰ ਲਾਲ ਨੂੰ ਹਾਂਜੀ ਮੋਚੀ ਮੁਸਲਮਾਨ ਸੀ ਉਹ ਮੋਚੀ ਹਿੰਦੂ ਸੀ ਉਹ ਅੱਛਾ ਹਿੰਦੂ ਜੁੱਤੀਆਂ ਗਣਨ ਵਾਲੇ ਵੀ ਪਿੱਛੇ ਹਿੰਦੂ ਸਨ ਉਹ ਇੱਥੇ ਮੋਚੀ ਜਿਹੜੇ ਨਾ ਉਹ ਮੁਸਲਮਾਨ ਨੇ ਅੱਛਾ ਠੀਕ ਹੈ ਹਾਂ ਉਹਨੇ ਉਹ ਜਾਣਦਾ ਸੀ ਉਹ ਘੋੜੇ 'ਤੇ ਗਿਆ ਘੋੜੇ 'ਤੇ ਗਿਆ ਉੱਥੇ ਜਾ ਕੇ ਉਹ ਦਿਖਾਇਆ ਕਾਗਜ਼ ਬੰਦਿਆਂ ਨੂੰ ਆਖਣ ਲੱਗੇ ਚਲੋ ਬਾਈ ਹੁਣ 12 ਪਿੰਡ ਇਕੱਠੇ ਹੋਏ ਨੇ ਉਹ ਜਦੋਂ ਗਏ ਨਾ 12 ਪਿੰਡ ਉਹਨਾਂ 'ਚੋਂ ਕੋਈ ਜੀਵ ਮਿਸਾਲ ਆ ਸਾਡੇ ਘਰ ਦੇ 10 ਜੀ ਨੇ ਨਾ ਕਿ 2 ਜੀ ਬਚ ਗਏ ਬਾਕੀ ਫਨਾ ਹੋ ਗਏ ਤੁਹਾਡੇ ਪਿੰਡ ਵਾਪਸ ਜਿਲ੍ਹੇ ਗਏ ਹਾਂਜੀ ਉੱਥੇ ਵਾਪਸ ਚਲੇ ਗਏ ਨਾ ਉੱਥੇ ਅਸਰ ਵੇਲੇ ਤੋਂ ਪਹਿਲਾਂ ਚਲੇ ਗਏ ਹਾਂ ਮੁੜ ਕੇ ਕਿਸ ਤਰ੍ਹਾਂ ਹਰ ਘਰ ਕੋਲ ਸਾਡੇ ਪਿੰਡ ਗੱਡਾ ਸੀ ਓਏ ਹੋ ਹਰ ਘਰ ਕੋਲ ਜਿਹਦੇ ਕੋਲ ਨਹੀਂ ਸੀ ਉਹਨੇ ਵੀ ਉਹਦਾ ਵੀ ਸਮਾਨ ਚੱਕ ਕੇ ਆਪਣੇ ਗੱਡਿਆਂ 'ਚ ਰੱਖ ਲਿਆ ਅੱਛਾ ਖਾਣ ਪੀਣ ਨੂੰ ਨਾ ਕਈਆਂ ਨੇ ਕਣਕ ਦੀਆਂ ਬੋਰੀਆਂ ਚੋਲ ਭਰ ਕੇ ਰੱਖ ਲਏ ਗੱਡਿਆਂ 'ਤੇ ਅੱਛਾ ਜੀ ਵੀ ਰਾਹ 'ਚ ਖਾਵਾਂਗੇ ਹਾਂ 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 ਅੱਛਾ ਜਿਲ੍ਹੇ ਵਾਪਸ ਮੁੜੇ ਹਾਂਜੀ ਪਹੁੰਚੇ ਪਿੰਡ ਉਹ ਜਦੋਂ ਵਾਪਸ ਪਿੰਡ ਪਹੁੰਚੇ ਨਾ ਉਹ ਫਿਰ ਨਾ ਮਿਲਟਰੀ ਆਈ ਸੀ ਪਹਿਲੋਂ ਹਾਂ ਦੁਬਾਰਾ ਮਿਲਟਰੀ ਉੱਥੇ ਪਹੁੰਚੀ ਸੀ ਨਹੀਂ ਜੀ ਪਹਿਲੋਂ ਅੱਛਾ ਅੱਛਾ ਹਾਂ ਉਹ ਦੁਬਾਰੇ ਨਾ ਉਹ ਤੈਨੂੰ ਗੱਲ ਨਹੀਂ ਸੁਣਾਈ ਹੈਗੀ ਉਹ ਜਿਹੜੇ ਨਾ ਦੁਬਾਰੇ ਨਹੀਂ ਆਏ ਉਹਨੇ ਪਹਿਲਾਂ ਨਾ ਆਏ ਨੇ ਨਾ ਮੁੜ ਕੇ ਮਿਲਟਰੀ ਨੂੰ ਉਹਨੇ ਜਿਹੜਾ ਬਾਦਸ਼ਾਹ ਸੀ ਨਾ ਰਾਜਾ ਜਿਹੜਾ ਸੀ ਰਾਜਾ ਹਾਂ ਉਹ ਹਿੰਦੂ ਸੀ ਰਾਜਾ ਸੀ ਨਾ ਜਿਹੜਾ ਉੱਥੇ ਦਾ ਪਟਿਆਲੇ ਦਾ ਹਾਂ ਉਹ ਹਿੰਦੂ ਸੀ ਠੀਕ ਹੈ ਉਹਨੇ ਨਾ ਉਹ ਮਿਲਟਰੀ ਘੱਲੀ ਉੱਥੋਂ ਪਟਿਆਲੇ ਤੋਂ ਵੀ ਜਾਓ 12 ਪਿੰਡ ਨੇ ਉੱਥੇ ਇਕੱਠੇ ਹੋਏ ਅਤੇ ਅੜਾ ਦਿਓ ਫੜ ਕੇ ਮਿਲਟਰੀ ਆ ਗਈ ਟੈਂਕ ਲੈ ਕੇ ਅੱਛਾ ਜੀ ਉਹਨਾਂ ਨੇ ਫਿਰ ਬੜੇ ਜੀ ਭੁੰਨੇ ਨੇ ਬੜੇ ਭੁੰਨੇ ਨੇ ਉਹਨਾਂ ਜੀ ਨੇ ਯਕੀਨ ਕਰਿਓ ਅਸੀਂ ਜਦੋਂ ਨਾ ਤੁਰੇ ਨਾ ਰਾਤ ਨੂੰ ਵੀ ਨਿਕਲ ਚੱਲੀਏ ਉੱਥੇ ਮਾਂ ਨੇ ਪੁੱਤ ਨਹੀਂ ਸੰਭਾਲਿਆ ਮੇਰੀ ਇੱਕ ਫੁੱਫੀ ਸੀ ਨਾਲੇ ਮੇਰੀ ਤਾਈ ਲੱਗਦੀ ਸੀ ਗੁੱਡੇ ਉਹਨਾਂ ਦੀ ਮਾਂ ਉਹਦੇ ਕੋਲ ਬੱਚੀ ਸੀ 3 ਦਿਨਾਂ ਦੀ ਇੱਕ ਮੇਰਾ ਤਾਇਆ ਲੱਗਦਾ ਸੀ ਉਹਦੇ ਔਲਾਦ ਨਹੀਂ ਸੀ ਹੈਂਜੀ ਮੇਰੇ ਅੱਬੇ ਉਹਨਾਂ ਦਾ ਚਾਚੇ ਦਾ ਪੁੱਤ ਭਰਾ ਸੀ ਉਹ
ਉਹ ਕੁੜੀ ਹੁਣ ਤਿੰਨਾਂ ਦਿਨਾਂ 'ਚ ਭੁੱਖੀ, ਨਾ ਮਾਂ ਕੋਲ ਦੁੱਧ, ਨਾ ਹੋਰ ਕੋਈ ਇੰਤਜ਼ਾਮ। ਅੱਛਾ, ਉਹਨਾਂ ਨੇ ਨਾ ਉਹ ਕੁੜੀ ਹੁਣ ਰੋਂਦੀ ਸੀ, ਪਾਣੀ 'ਚ ਬੈਠੇ, ਜਵਾਰ ਇੰਨੇ ਨਹੀਂ ਸੀ, ਪੱਠੇ ਪੱਠਿਆਂ ਦੇ ਵਿੱਚ ਲੁਕੇ ਸੀ। ਹਾਂਜੀ, ਰਾਤ ਨੂੰ ਨਾ ਬੈਠ ਕੇ ਜਾ ਕੇ ਸਿੱਖ ਦੇ ਦੁਆਲੇ ਫਿਰਨ ਡਏ ਨੇ ਘੋੜੀਆਂ 'ਤੇ। ਉੱਥੋਂ ਜਿਸਲੇ ਤੁਸੀਂ ਆਪਣੇ ਪਿੰਡ 'ਚੋਂ ਹਮਲਾ ਹੋਇਆ, ਮਾਰ ਵੱਢ ਹੋਈ, ਜਿਹੜੇ ਬਾਕੀ ਬਚੇ ਉਹ ਭੱਜੇ ਅਤੇ ਆ ਕੇ ਕਿਤੇ ਰਾਤ ਦੇ ਟਾਈਮ ਫਸਲਾਂ ਫੁਸਲਾਂ 'ਚ ਲੁੱਕ ਗਏ ਅਤੇ ਫਸਲਾਂ 'ਚ ਬਾਰਿਸ਼ ਦਾ ਪਾਣੀ ਵੀ ਖੜਾ ਸੀ, ਇੰਨਾ ਇੰਨਾ ਪਾਣੀ, ਅਸੀਂ ਤਾਂ ਡੁੱਬ ਜਾਂਦੇ ਸੀ, ਉਹ ਫਿਰ ਮੋਢਿਆਂ 'ਤੇ ਰੱਖ ਲੈਣਾ। ਹਾਂਜੀ, ਪਾਣੀ ਵਿੱਚ ਰਾਤ ਨੂੰ ਬੈਠੇ ਸੀ ਅਤੇ ਬੱਚੀ ਰੋਣ ਲੱਗ ਪਈ। ਉਹ ਜਿਹੜਾ ਤਾਇਆ ਸੀ ਨਾ ਸਾਡਾ, ਉਹ ਜੀ ਸਨ 15-16 ਉਸ ਟਾਈਮ, ਇਕੱਠੇ ਬੈਠੇ। ਉਹ ਫੁੱਫੀ ਸਾਡੇ ਨੂੰ ਆਖਣ ਲੱਗਿਆ ਕਿ ਕੁੜੀਏ, ਇਹਨੇ ਸਾਨੂੰ ਮਰਾ ਦੇਣਾ, ਕੁੜੀ ਨੇ ਸਿੱਖ ਦੁਆਲੇ ਫਿਰਨ ਡਏ ਘੋੜੀਆਂ 'ਤੇ ਰਾਤ ਨੂੰ। ਅਤੇ ਉਹਨਾਂ ਮੇਰੇ ਕੋਲ ਕਾਰ ਇਸ ਤਰ੍ਹਾਂ ਨਾ, ਉਹਨੂੰ ਆਉਂਦੇ ਸੀ ਨਦੀ। ਅੱਛਾ, ਅਤੇ ਭਰੀ ਜਾਣ, ਉਹਦਾ ਕੰਢਾ ਕੋਈ ਨਹੀਂ ਦਿਸਣ ਡਿਆ, ਬਾਰਿਸ਼ ਨਾਲ ਪਾਣੀ ਨਾਲ ਕੋਈ ਕੰਢਾ ਨਹੀਂ ਦਿਸਦਾ। ਉੱਥੇ ਮਾਂ ਨੇ ਪੁੱਤ ਨਹੀਂ ਸੰਭਾਲਿਆ ਕੋਈ, ਨਾ ਨਾ, ਉਹ ਕੁੜੀ ਲੈ ਕੇ ਨਾ ਉਹ ਤਾਏ ਸਾਡੇ ਨੇ ਉਹ ਨਦੀ ਸੁੱਟ ਦਿੱਤੀ। ਅੱਛਾ ਜੀ, ਕੁੜੀ। ਹਾਂ ਹਾਂ, ਯਕੀਨ ਕਰਿਓ ਅਸੀਂ ਨਾ ਉਹ ਕੁੜੀ ਦੀ ਬਾਜ, ਉਹਨੇ ਰਾਤ ਨੂੰ ਪਤਾ ਨਹੀਂ ਪਤਾ ਲੱਗਦਾ ਕੋਈ, ਕੁੜੀ ਦੀ ਬਾਜ ਮਿਸਾਲ ਇੱਕ 2 ਕਿੱਲੇ ਨਾ ਰੋਂਦੀ ਦੀ ਬਾਜ ਆਉਂਦੀ ਰਹੀ ਪਾਣੀ ਦੇ ਉੱਤੇ। ਉਹ ਕਦੇ ਬਾਹਰ ਨਿਕਲਦੀ ਹੋਣੀ, ਸਿਰ ਮੂੰਹ ਕੱਢਦੀ ਹੋਣੀ ਹੈ, 2 ਕਿੱਲੇ ਪੂਰੇ ਉਹਦੀ ਬਾਜ ਆਉਂਦੀ ਰਹੀ ਹੈ ਰੋਂਦੀ ਦੀ। ਅਤੇ ਹੁਣ ਵੇਖ ਲਓ ਬਈ, ਹੁਣ ਜੇ ਕੋਈ ਬੱਚਾ ਸਾਡੇ ਬੱਚੇ ਨੂੰ ਚਪੇੜ ਮਾਰਦਾ, ਅਸੀਂ ਲੜ ਕੇ ਮਰ ਜਾਈਏ, ਲੜ ਕੇ ਮਰ ਜਾਈਏ। ਅਤੇ ਉੱਥੇ ਕੋਈ ਲੜਿਆ ਨਹੀਂ ਹੈਗਾ, ਨਾ ਕਿਸੇ ਨੇ ਕੋਈ ਪੁੱਛਿਆ। ਤੁਸੀਂ ਵੀ ਉੱਥੇ ਮਕਈ ਦੇ ਵਿੱਚ, ਉੱਥੇ ਜਵਾਰ ਦੇ ਵਿੱਚ ਨਾਲ ਬੈਠੇ ਸੀ? ਹਾਂਜੀ। ਅੱਛਾ ਜੀ, ਇਕੱਠੇ ਬੈਠੇ 5-6 ਜੀ। ਕੁੜੀ ਉਹ ਸੱਟ ਦਿੱਤੀ? ਹਾਂ, ਕੁੜੀ ਪਾਣੀ ਸੱਟ ਦਿੱਤੀ। ਉਸ ਤੋਂ ਬਾਅਦ ਕੀ ਹੋਇਆ? ਬਾਅਦ ਫਿਰ ਨਾ ਦਿਨ ਚੜ੍ਹ ਗਿਆ। ਅੱਛਾ, ਜਿਸ ਵੇਲੇ ਦਿਨ ਚੜ੍ਹਿਆ ਨਾ, ਉਦੋਂ ਫਿਰ ਨਾ ਸਿੱਖਾਂ ਦੇ ਹੁੰਦੇ ਸੀ ਜਥੇ, 15-15, 20-20 ਬੰਦੇ ਰਲ ਕੇ ਨਾ, ਤੁਸੀਂ ਇੱਧਰ ਨੂੰ ਲੈ ਗਏ ਬੰਦੇ, ਮੈਂ ਇੱਧਰ ਨੂੰ ਲੈ ਗਿਆ, ਤੂੰ ਇੱਧਰ ਲੈ ਗਿਆ, ਉਹਨਾਂ ਨੇ ਨਾ ਸਾਰੇ ਫਸਲਾਂ ਢੂੰਡਣਾ ਅਤੇ ਖਾਣਾ। ਆ ਬਟੇਰਬਾਜ਼ ਵੇਖੇ ਕਦੇ? ਹਾਂਜੀ, ਬਟੇਰੇ ਫੜਨ ਵਾਸਤੇ, ਬਟੇਰੇ ਫੜਨ ਵਾਸਤੇ ਉਹਨਾਂ ਕੋਲ ਰੱਸੀ ਹੁੰਦੀ ਹੈ 2-2 ਕਿੱਲਿਆਂ ਦੀ। ਹਾਂਜੀ, ਰੱਸੀ ਫੇੜਦੇ ਨੇ। ਹਾਂ ਹਾਂ, ਉਹਨਾਂ ਸਿੱਖਾਂ ਨੇ ਨਾ ਸਾਡੇ ਤਾਂ ਉਹਦੀ 3 ਵਾਰੀ ਰੱਸੀ, ਅਸੀਂ 3 ਵਾਰੀ ਰੱਸੀ ਲੰਘਾਈ ਆਪਣੇ ਉੱਤੋਂ ਦੀ। ਬਟੇਰਿਆਂ ਮੇਰਿਆਂ ਨੇ 3 ਵਾਰੀ ਰੱਸੀ ਲੰਘਾਈ ਹੈ ਉੱਤੋਂ ਦੀ, 3 ਵਾਰੀ ਰੱਸੀ ਫੇਰੀ ਉਹਨਾਂ ਨੇ। ਅੱਛਾ ਜੀ, ਵੀ ਇਹਦੇ 'ਚ ਮੁਸਲਮਾਨ ਬੈਠੇ ਹੋਣ, ਬੰਦੇ ਛਾਣਨ ਪਾਰੋਂ ਵਿੱਚੋਂ। ਹਾਂਜੀ, ਪਰ ਉਹ ਜਿਹਨਾਂ ਦੀ ਵਧੀ ਸੀ ਭੱਜ ਗਏ, ਜਿਹਨਾਂ ਦੀ ਘੱਟ ਗਈ ਸੀ ਮਰ ਗਏ। ਉਦੋਂ ਪਹਿਲੇ ਸਾਡੇ ਜ਼ਿਹਨ 'ਚ ਇੱਕ ਪਿਛਲਾ ਸਵਾਲ ਚੱਲਦਾ ਆ ਰਿਹਾ ਕਿ ਤੁਹਾਡੀ ਵਾਲਦਾ, ਤੁਹਾਡੇ ਬਾਕੀ ਦੇ ਭੈਣ ਭਾਈ ਉਹ ਕਿੱਧਰ ਗਏ? ਉਹ ਜਿੱਦਾਂ ਜਿੱਦਾਂ ਕਿਸੇ ਦਾ ਦਾਣਾ ਪਾਣੀ ਵਧਿਆ ਸੀ ਨਾ, ਉਹ ਭੱਜ ਪਏ ਜਿੱਧਰ ਨੂੰ ਮੂੰਹ ਹੋਇਆ, ਜਿੱਧਰ ਨੂੰ ਹੋਇਆ ਉਹ ਨਾ ਕਈ ਫਿਰ ਕਈ ਟੋਲੇ ਰਲ ਗਏ ਬਣ ਗਏ। ਉਹ ਫਿਰ ਨਾ ਇੱਥੇ ਅੰਬਾਲੇ ਕੈਂਪ ਬਣਿਆ ਸੀ ਮੁਸਲਮਾਨਾਂ ਦਾ, ਉਹ ਫਿਰ ਮਿਲਟਰੀ ਉੱਥੋਂ ਲਿਆਉਂਦੀ ਸੀ ਬਾਰਡਰ ਤੋਂ, ਮੁਸਲਮਾਨਾਂ ਨੂੰ ਨਾ ਮਿਲਟਰੀ ਨਾਲ ਲਿਆਉਂਦੀ ਸੀ ਉੱਥੇ ਕੈਂਪ 'ਚ। ਠੀਕ ਹੈ। ਹਾਂਜੀ, ਉਹਨਾਂ ਨੂੰ ਕੋਈ ਫੜ ਦੜ ਕੇ ਅੰਬਾਲੇ ਕੈਂਪ ਲੈ ਗਿਆ? ਹਾਂਜੀ। ਉਹ ਬਚ ਗਿਆ ਸੀ ਵੈਸੇ ਸਾਰੇ? ਕੌਣ? ਤੁਹਾਡੇ ਭੈਣ ਭਾਈ ਅਤੇ ਮਾਂ? ਮਾਂ ਜੀ, ਦੋ ਭਾਈ ਮੇਰੇ ਪਿੱਛੇ ਮਰ ਗਏ, ਦੋ ਭੈਣਾਂ ਮਰ ਗਈਆਂ ਉੱਥੇ ਪਿੰਡ ਹੀ। ਪਿੰਡ ਹੀ? ਹਾਂਜੀ। ਸ਼ਹੀਦ ਹੋ ਗਏ? ਬਿਲਕੁਲ ਸ਼ਹੀਦ ਹੋ ਗਏ, ਦੋ ਭੈਣਾਂ, ਦੋ ਭਾਈ। ਹਾਂਜੀ, ਬਾਕੀ ਜੀ ਕਿਤਨੇ ਬਚੇ ਸੀ ਤੁਹਾਡੇ? ਬਾਕੀ ਜੀ ਕਿਹੜਾ ਰਿਹਾ ਫਿਰ? ਅਸੀਂ ਦੋ ਤਿੰਨ ਭਰਾ ਆਏ ਸੀ ਇੱਥੇ। ਹਾਂ, ਦੋ ਹੀ ਆਏ ਸੀ, ਮੈਂ ਤਾਂ ਉੱਧਰ ਹੀ ਹਾਂ। ਹਾਂ, ਇੱਥੇ ਦੋ ਆਏ, ਮੇਰੀ ਮਾਈ ਆਈ। ਹਾਂਜੀ, ਤੁਸੀਂ ਸਾਰੇ ਭਾਈ ਸੀ? ਉਹ ਪੁੱਤਰਾ, ਇਹ ਗੱਲਾਂ ਨਹੀਂ ਮੁੱਕ ਜਾਂਦੀਆਂ 4 ਦਿਨ। ਸੁਣੀ ਗੱਲ? ਹਾਂ, ਨਹੀਂ ਨਹੀਂ ਕੋਈ ਨਹੀਂ, ਮੈਂ ਸਿਰਫ ਥੋੜ੍ਹਾ ਜਿਹਾ ਨਾ, ਦੇਖੋ ਸੁਣਨ ਵਾਲੇ ਵੇਖਣ ਵਾਲਿਆਂ ਦੇ ਜ਼ਿਹਨ 'ਚ ਸਵਾਲ ਹੈਗਾ ਸੀ ਨਾ ਕਿ ਬਾਕੀ ਜੀ ਕਿੱਧਰ ਗਏ? ਤੁਹਾਡੀਆਂ ਦੋ ਭੈਣਾਂ, ਦੋ ਭਾਈ ਉਸ ਪਿੰਡ 'ਚ ਸ਼ਹੀਦ ਹੋ ਗਏ। ਹਾਂਜੀ, ਬਾਕੀ ਤੁਹਾਡੀ ਵਾਲਦਾ ਬਚੀ ਇੱਕ?
ਵਾਲਦਾ ਤਾਂ ਮੇਰੇ ਭਾਈ ਸਨ, ਦੋ ਬੱਚੇ, ਦੋ ਭਾਈ ਬੱਚੇ ਅਤੇ ਇੱਕ ਵਾਲਦਾ ਬੱਚੀ। ਹਾਂਜੀ, ਉਹ ਵਿਚਾਰੀ ਉਹਨੂੰ ਲੈ ਕੇ ਦੋ ਆਪਦੇ ਲਾਲਾ ਨੂੰ ਹਾਂਜੀ ਅੰਬਾਲੇ ਕੈਂਪ 'ਚ ਕਿਸੇ ਤਰੀਕੇ ਨਾਲ ਪਹੁੰਚਦੇ। ਹਾਂਜੀ, ਉੱਥੇ ਕੈਂਪ ਸੀ ਨਾ ਬਣਿਆ, ਹਾਂ ਉੱਥੇ ਫਿਰ ਮੁਸਲਮਾਨ ਮਿਲਟਰੀ ਜਿਹੜੀ ਸੀ ਨਾ, ਹਾਂ ਉਹ ਲਿਆਉਂਦੀ ਫਿਰ ਮੁਸਲਮਾਨਾਂ ਨੂੰ ਉੱਧਰੋਂ ਜਿਹੜੇ ਕੋਈ ਬਚ ਗਏ ਸਨ। ਠੀਕ ਹੈ, ਉਹਨਾਂ ਦੀ ਕਹਾਣੀ ਆਪਾਂ ਬਾਅਦ 'ਚ ਐਂਡ 'ਤੇ ਤੁਹਾਡੇ ਕੋਲ ਪੁੱਛ ਲਾਂਗੇ ਵੀ ਉੱਥੋਂ ਅੱਗੇ ਕਿਵੇਂ ਆਏ। ਉੱਥੇ ਮਰ ਅਸੀਂ ਰਹਿ ਗਏ, ਮੇਰਾ ਪਿਓ ਅਤੇ ਉਹ ਨਾਈ ਅਤੇ ਇੱਕ ਮੁੰਡਾ ਸੀ ਉਹਦਾ ਮੇਰੇ ਜੱਡਾ। ਉੱਥੋਂ ਨਾ ਇੱਕ ਪਿੰਡ ਹੜਾਣਾ ਹੁੰਦਾ, ਜਾਣਾ ਸੀ ਅੰਬਾਲੇ ਕੈਂਪ 'ਚ। ਉਹ ਨਾਈ ਬੜਾ ਹੁਸ਼ਿਆਰ ਨਾਈ ਸੀ, ਉਹ ਭੁੱਲ ਗਏ, ਜਾਣਾ ਸੀ ਲਾਂਦੇ ਉਹਨੇ ਚਲੇ ਗਏ ਚੜ੍ਹਦੇ। ਇੱਕ ਰੁੜਕੀ ਪਿੰਡ ਆਉਂਦਾ ਰਾਹ 'ਚ। ਅੱਛਾ ਜੀ, ਰੁੜਕੀ ਹੈ, ਰੁੜਕੀ ਪਿੰਡ, ਰੁੜਕਾ ਰੁੜਕੀ। ਠੀਕ ਹੈ। ਹਾਂ ਜੀ, ਉੱਥੇ ਜਿਸ ਵੇਲੇ ਅਸੀਂ ਗਏ ਨਾ, ਸਵੇਰੇ ਦਿਨ ਚੜ੍ਹ ਪਿਆ ਅਤੇ ਫਿਰ ਨਿਕਲੇ ਤੁਸੀਂ? ਹਾਂਜੀ, ਦਿਨ ਚੜ੍ਹ ਗਿਆ ਗੇ, ਫਿਰ ਤੁਸੀਂ ਨਿਕਲ ਪਏ ਉਸ ਜਵਾਰ 'ਚੋਂ? ਨਿਕਲ ਕੇ ਵੀ ਚਲੋ ਜਿੱਦਾਂ ਜ਼ਿੰਦਗੀ ਹੋਈ ਤਾਂ ਠੀਕ ਆ, ਨਹੀਂ ਮਰੇ ਤਾਂ ਗਏ। ਅੱਛਾ, ਜ਼ਿਹਨ 'ਚ ਆਈ ਵੀ ਹੁਣ ਜ਼ਿੰਦਗੀ ਇਹ ਤਾਂ ਹੈ ਨਹੀਂ ਹੈ ਤਾਂ ਮਰੇ ਚੰਗੇ, ਵੀ ਇੱਥੇ ਇੱਥੇ ਵੀ ਤਾਂ ਮਰਨਾ ਹੀ ਹੈ ਬਹਿ ਕੇ। ਬਿਲਕੁਲ ਬਿਲਕੁਲ। ਅੱਛਾ, ਨਿਕਲ ਕੇ ਤੁਸੀਂ ਪਰ ਨਿਕਲ ਕੇ ਨਾ, ਮਿਸਾਲ ਆ ਜਿਵੇਂ ਇੱਥੋਂ ਨਹੀਂ ਹੈਗਾ ਮੋੜ, ਐਡੀ ਦੂਰ ਚਲੇ ਗਏ ਕੋਈ 5-7 ਕਿਲੋਮੀਟਰ। ਹਾਂਜੀ। ਅੱਛਾ ਜੀ, ਉੱਥੇ ਜਿਹੜੇ ਗਏ ਨਾ ਅਸੀਂ, ਉੱਥੇ ਕੋਠਾ ਬਣਿਆ ਇੱਕ ਖੂਹ ਦੇ ਉੱਤੇ, ਹਾਂ ਉਹਦੇ ਪਰਾਲੀ ਸਿੱਟੀ ਹੋਈ। ਅੱਛਾ ਜੀ, ਅਤੇ ਲਾਗੇ ਸੀ ਕਮਾਦ ਇੰਜ ਖੜੁੱਤਾ। ਹਾਂ, ਉਹ ਨਾਈ ਜਿਹੜਾ ਸੀ ਨਾ, ਉਹ ਮੇਰੇ ਪਿਓ ਨੂੰ ਪੁੱਛਣ ਲੱਗਾ, ਕਹਿੰਦਾ ਯਾਰ ਮੁੰਡਿਆਂ ਨੂੰ ਇੱਥੋਂ ਗੰਨਾ ਤੋੜ ਕੇ ਲਿਆ ਕੇ ਦਾਂ। ਉਹ ਨਾਈ ਨਾ ਪੀਪੀਆਂ ਨਾ ਟੀਨ ਦੀਆਂ ਹੁੰਦੀਆਂ, ਅਗਲੇ ਦੁਕਾਨ ਵਾਲੇ ਰੱਖੀ ਹੋਈਆਂ, ਉਹਦੇ ਵਿੱਚ ਨਾ ਬਣਾ ਕੇ ਨਾ ਦਾਣੇ ਲੂਣ ਲਾ ਕੇ ਉਹਦੇ ਵਿੱਚ ਪਾਏ ਸਨ। ਅੱਛਾ ਜੀ, ਉਹ ਜਦੋਂ ਕੋਈ ਭੁੱਖ ਲੱਗਣੀ ਨਾ ਸਾਨੂੰ, ਉਹਨਾਂ ਨੇ ਉਹਨੇ ਕੱਢ ਕੇ ਸਾਨੂੰ ਇੰਨੇ ਦਾਣੇ ਦੇ ਦੇਣੇ, ਮੇਰਾ ਪੁੱਤਰੋ ਖਾ ਲਓ। ਉਹ ਉੱਥੇ ਨੂੰ ਪਾਣੀ ਦਾ ਚੜ੍ਹਿਆ, ਉੱਥੇ ਉੱਥੋਂ ਪਾਣੀ ਪੀ ਲੈਣਾ। ਅੱਛਾ ਜੀ। ਅੱਛਾ, ਉੱਥੇ ਫਿਰ ਨਾ ਸਿੱਖ ਆ ਜਾਂਦੇ ਨੇ, ਇੱਕ ਮੁੰਡਾ ਪਿੰਡ ਰੁੜਕੀ ਪਿੰਡ, ਹਾਂ ਉਹ ਨਾ ਉੱਥੋਂ ਇੱਕ ਮੁੰਡਾ ਨਾ ਸੁਹਾਗਾ ਨਹੀਂ ਹੈ, ਸੁਹਾਗਾ ਟਰੈਕਟਰ ਮਗਰ ਮਾਰਦੇ। ਜੀ ਜੀ, ਉਹਨਾਂ ਦਾ ਸੁਹਾਗਾ ਸੀ ਪਾਣੀ ਅਤੇ ਤੈਨੂੰ ਪਤਾ ਵੀ ਬੰਦਾ ਰੋਡ ਜਾਣ ਡਿਆ ਸੀ। ਹਾਂ ਹਾਂ ਹਾਂ, ਉਹ ਸੁਹਾਗਾ ਨਾ ਕਿੱਕਰ ਨਾਲ ਬੰਨਣ ਆ ਗਿਆ, ਹਾਂ ਰੱਸਾ ਲੈ ਕੇ ਨਾ ਉਹਨੇ ਕਿੱਕਰ ਨਾਲ ਸੁਹਾਗਾ ਬੰਨਣਾ ਸ਼ੁਰੂ ਕਰ ਦਿੱਤਾ। ਅੱਛਾ ਜੀ, ਉਹ ਜਿਹੜਾ ਨਾਈ ਸੀ ਨਾ, ਹਾਂ ਉਹਨੂੰ ਬਾਜਾਂ ਮਾਰਨ ਲੱਗ ਗਏ। ਅੱਛਾ ਜੀ, ਸਿੱਖ ਮੁੰਡੇ ਨੂੰ, ਹਾਂ ਉਹ ਮੁੰਡਾ ਆ ਗਿਆ, ਉਹਦੇ ਕੋਲ ਨਾਈ ਕੋਲ ਤਲਵਾਰ ਸੀ, ਉਹਨੇ ਆਪ ਬਣਾਈ ਸੀ, ਉਹਨੂੰ ਮਿਆਨ ਮਿਊਨ ਕੋਲ ਨਹੀਂ ਸੀ। ਅੱਛਾ ਨਾ, ਹਾਂ ਉਹਦੇ ਕੋਲ ਤਲਵਾਰ ਸੀ। ਉਹ ਮੁੰਡਾ ਜਿਸ ਵੇਲੇ ਆਇਆ ਨਾ, ਸਾਲਾ ਥੋੜ੍ਹੀ ਦੂਰ ਰਹਿ ਗਿਆ, ਉਹ ਮੁੰਡਾ ਖਲੋ ਗਿਆ। ਹਾਂ, ਉਹਨੇ ਆਖਿਆ ਉਹਨਾਂ ਆਹ ਗੱਲ ਸੁਣ। ਹਾਂ, ਨਾਈ ਨੇ ਆਖਿਆ, ਉਹ ਕੋਲ ਬੁਲਾ ਲਿਆ ਉਹਨੇ, ਉਹਨੇ ਕਿਹਾ ਤੂੰ ਇੰਝ ਕੰਮ ਕਰੇ, ਪਿੰਡ ਜਾ ਕੇ ਨਾ ਦੱਸੀ, ਹਾਂ ਵੀ ਇੱਥੇ ਮੁਸਲਮਾਨ ਬੈਠੇ ਨੇ। ਹਾਂ, ਉਹਨੇ ਕਿਹਾ ਮੈਂ ਦੱਸਾਂਗਾ। ਹਾਂ, ਅਗਰ ਨਾ ਦੱਸੀ, ਨਹੀਂ ਮੈਂ ਦੱਸਣਾ ਜ਼ਰੂਰ, ਕਹਿੰਦਾ ਫਿਰ ਉਹ ਰਨ ਹੋ ਜਾਣਾ। ਉਹਨੇ ਮਾਰੀ ਇੱਥੇ ਰੱਖ ਕੇ ਉਹਦੇ, ਉਹ ਗਈ ਤਾਂ। ਅੱਛਾ ਜੀ। ਹਾਂਜੀ, ਇਹ ਰੁੜਕੀ ਪਿੰਡ ਦੇ ਕੋਲ ਆ ਕੇ ਗੱਲ ਹੋਈ ਹੈ? ਰੁੜਕੀ ਪਿੰਡ ਦੇ ਖੂਹ ਸੀ ਉੱਥੇ ਕੋਠਾ 'ਚ ਬਣਿਆ। ਅੱਛਾ ਜੀ, ਖੂਹ ਦੇ ਉੱਤੇ। ਠੀਕ ਹੈ। ਉੱਥੇ ਨਾ ਪਿਓ ਮੇਰੇ ਨੇ ਆਖਿਆ ਉਹਨੂੰ ਨਾਈ ਨੂੰ, ਆਖਣ ਲੱਗਾ ਨਿੱਕੇ ਨਿੱਕੇ ਬੱਚੇ ਆ ਸਾਡੇ ਕੋਲ, ਇੱਥੇ ਨਿਕਲ ਚੱਲੀਏ ਇੱਥੋਂ, ਖੂਹ ਕੋਠੇ 'ਚੋਂ ਨਿਕਲ ਚੱਲੀਏ, ਲਾਮੋ ਚੱਲੀ ਕਰੀਏ, ਫਸਲਾਂ 'ਚ ਵੜ ਜਾਈਏ ਜਾ ਕੇ। ਉਹ ਜਿਨ੍ਹਾਂ ਦਾ ਮੁੰਡਾ ਉਹਨਾਂ ਨੇ ਫਿਰ ਵੀ ਕਿਸੇ ਨੇ ਮਗਰ ਆਉਣਾ, ਹਾਂ ਅਤੇ ਸਾਨੂੰ ਮਾਰ ਦੇਣਗੇ। ਹਾਂ, ਉਹ ਨਾਈ ਆਖਣ ਲੱਗਾ ਤੂੰ ਇੰਝ ਕੰਮ ਕਰੀ, ਮੇਰੇ ਮਗਰ ਖੜਾ ਰਹੀ,
तेरे को मैं किसी ने आन नहीं देना। ठीक है, जे आ भी गया कोई। हाँ, वो एक उस मुंडे का भरा जो मार दिता, वो घोड़ी लैके आ गया। हाँ, पानी इन्हें ना वो जो उन्हें वेख्या ना मुंडे ने अपना भरा मारिया आ पिया पानी च, वो लै गया घोड़ी पजा के। उन्हें पिंड जाके दसिया भी मेरे भरा नूं मार दिता, तो मुसलमान पता नहीं किन्ने बैठे खूह ते। वो फिर कई बंदे घोड़ियां ते कोई पैदल कोई किसी तरह ही वो चढ़ के ना पिंडों को 15-20 बंदे आ गए। तो मेरे ने आख्या सिखा दा ना जथा आ गया ते तुर चलिए, बच्चे बचा लिए। उन्हें कहा नज़ार गल सुनो, जे आई है ना ते फिर इत्थे इत्थे जान देनी है, तो बैठा रहो और बच्चे जड़े है ना तो इन्हां कोल बैठ जा। ते बाहर से पेंड जाई होर साढ़े कोल इक दोलड़ा जाना भिजिया सी, एक टिब्बी ते एड्डी सारी टिब्बी ना उहदे सानूं पा दे उन्हें कि तुसीं इत्थे बैठो ते तुहानूं ना चने देते सानू पीपी चो कढ के चने खाओ। तुसी बंदे आ गए गाला कढ दे, प्यो मेरे ने आखिया फिर निकल चली हूँ बंदे बहुत आ गए ने। हाँ जी ठीक है। नहीं आखन लग गया कहिंदा ना नहीं जाना नहीं है, नहीं जाना नहीं जाना, इत्थे शहीद होना जाना नहीं है। अच्छा जी। हाँ तो तू ना मेरी ना तलवार ओदे मुठ जड़ी सी ना। हाँ तलवार दी ओ भी तरीकी सी। अच्छा जी। ओदे नाल ना ओदे कोल लकड़ी सी ना लेना ना देना है जी। उन्हें ना मोड़ के ना उन्हें मेरे प्यो कोल सी सावा सिर ते बन्नया, उन्हें कहा यार इहदे नाल लीर पाड़ के ना ते दे मैनू, ते मैं ते दुआले जरा बढ़ना ते बंदे आ गए ने ते तू ना मुंडिया को रहना है बच्चियों को रहना। हाँ तू अगे पिछे नहीं होना। ठीक है। वो ना पानी सी छपड़ी जी नन्ना, वो पानी छपड़ी जी बढ़ गया। वो बंदे वेख के दो मुंडे ना घोड़ियां ते आए पहलो। अच्छा जी। वो छपड़ी जी बढ़ गया नाई। हाँ जी है भी ना भी उहदे रहमत सी रहमत नाई। हाँ जी तुहाडे पिंड दा ही सी। हाँ जी साडे पिंड दा, मेरा साडा गुआंढी सी बिल्कुल। अच्छा जी फिर ते वो मुंडे जदों आए ना घोड़ियां लै के, उन्हें घोड़ियां नेड़े ला दित्तियां। पहला एक ने नेड़े लाई ना घोड़ी उहदे, उन्हें तलवार पानी डोबी सी। अच्छा जी। उन्होंने बखाई उन्हें पानी डोबी सी इस हथ कर गए। अच्छा। उस दिन ओदे कोल सी बरशा, बड़ा घोड़ी त्या सिख मुंडा। हाँ हाँ वो लगा ओदे नेड़े आया ना जदों घोड़ी वाला, वो नाई एडा उस्ताज बंदा सी गस्ता खेलदा सी। हाँ जी पलठा खेलदा सी वो, साढ़े पिंड 10-10 मुंडियां नूं नहीं नेड़े आउण दिंदा सी। अच्छा जी। ना उन्हें मार कर चुप्पी जो घोड़ी वाला आन दिया पानी च, वो कोल जाके निकलिया। अच्छा जी। वो लगा वो बरछा मारन नाई दे जो घोड़ी से चढ़िया, उन्हें पहला तो वो डंडा वढ़िया तलवार मार के, तो फिर उन्होंने वढ़िया इत्थों हो गया। वो जो मगरला घोड़ी वाला आन दिया ना, उन्हें जो वेख्या ना वारदात ये, वो घोड़ी पिछा पजा ले गया पिछे लै गया। भी ये पता नहीं की बुला इतने, वो पिछे बंदे आन डे तुरे, किसी को कुछ फड़िया किसी को कुछ फड़िया।
ਉਹ ਜਿਨ੍ਹਾਂ ਦਾ ਮੁੰਡਾ ਮਾਰਿਆ ਸੀ ਨਾ ਉਹ ਆਉਂਦਾ ਯਾਰ ਕਿੰਨੇ ਬੰਦੇ ਤਿੰਨ ਬੰਦੇ ਤਾਂ ਇਹਨੇ ਮਾਰ ਛੱਡੇ ਅਤੇ ਇਕੱਲਾ ਬੰਦਾ ਅਤੇ ਉਹ ਜਿਹੜੀ ਬੁਲਾ ਬੈਠੀ ਹੈ ਨਾ ਉਹਦੇ ਕੋਲ ਪਤਾ ਨਹੀਂ ਕਿਹੜੀ ਸ਼ੈ ਹੋਣੀ ਹਾਂ ਹਾਂਜੀ ਬਿਲਕੁਲ ਅਤੇ ਉਹ ਮੇਰੇ ਨੂੰ ਆਉਂਦੇ ਹਾਂ ਵੀ ਇਹਦੇ ਕੋਲ ਪਤਾ ਨਹੀਂ ਕਿਹੜੀ ਬੁਲਾ ਹੋਣੀ ਹਾਂ ਜਿਹੜਾ ਸਕੂਨ ਨਾਲ ਬੈਠਾ ਐਡਾ ਜਿਹੜਾ ਸਕੂਨ ਨਾਲ ਬੈਠਾ ਉਹਨੇ ਪੰਜ ਜੀ ਮਾਰੇ ਉੱਥੇ ਛੱਪੜ 'ਚ ਖਲੋਤੇ ਨੇ ਜਿਹੜਾ ਆਵੇ ਮਾਰ ਦੇਵੇ ਹਾਂਜੀ ਉਹ ਨਾ ਬੜਾ ਹੀ ਅੱਡ ਖੇਡ ਸੀ ਬੰਦਾ ਉਹ ਘੰਟਾ ਘੰਟਾ ਪੂਰਾ ਚੁੱਭੀ ਮਾਰਦੇ ਪਾਣੀ ਸਾਹ ਨਹੀਂ ਲੈਂਦਾ ਬਾਹਰ ਸੁਣੀ ਗੱਲ ਅੱਛਾ ਉਹ ਮਾਰਦਾ ਇੰਝ ਹੀ ਰਿਹਾ ਉਹ ਜਿਹੜਾ ਕੋਈ ਆਇਆ ਨਾ ਤਾਂ ਚੁੱਭੀ ਮਾਰੀ ਆ ਇੱਥੇ ਉੱਥੇ ਜਾ ਕੇ ਨਿਕਲਿਆ ਉਹਨੂੰ ਓਮ ਪੁਟਕਾ ਕੇ ਮਾਰਿਆ ਪਰਾ ਮੁੰਡਾ ਇੱਕ ਨਾ ਤੁਹਾਡੇ ਰਗਾ ਬੜਾ ਸ਼ੌਕ ਆ ਜਾਂ ਘੋੜੀ ਉਹਦੇ ਕਾਲੇ ਰੰਗ ਦੀ ਉਹਦੇ ਕੋਲ ਉਹ ਉਹਨਾਂ ਨੂੰ ਦੂਸਰਿਆਂ ਨੂੰ ਆਖਣ ਲੱਗਿਆ ਭੈਣ ਜੀ ਆਵੇ ਉਹਨੂੰ ਗਾਲਾਂ ਕੱਢਣ ਡਹਿ ਪਿਆ ਉਹ ਤੁਸੀਂ ਕਹਿੰਦਾ ਇੱਕ ਬੰਦਾ ਭੈਣ ਚੂਤ ਕਹਿੰਦਾ ਉਹ ਤੁਹਾਨੂੰ ਤਿੰਨ ਚਾਰ ਬੰਦੇ ਮਾਰ ਛੱਡੇ ਉਹਨੇ ਸ਼ਾਬਾ ਸ਼ਾਬਾ ਦਿਓ ਵਰਸ਼ਾ ਮੈਨੂੰ ਮੈਨੂੰ ਬੜਾ ਹੋਰ ਆ ਹੁਣ ਉਹ ਤਾਂ ਛੱਪੜ 'ਚ ਖੜਿਆ ਸੁਣਨ ਡਿਆ ਗੱਲਾਂ ਉਹਨਾਂ ਦੀਆਂ ਹੁਣ ਨਾਈ ਨੇ ਸੋਚੀ ਗੱਲ ਵੀ ਇਹਨੂੰ ਜਿਹੜਾ ਗਾਲਾਂ ਕੱਢਣ ਡਿਆ ਨਾ ਮੈਨੂੰ ਅਤੇ ਇਹਨੂੰ ਜਿਹੜਾ ਡੂੰਘੇ ਪਾਣੀ 'ਚ ਆ ਲੈਣ ਦੇ ਉਹ ਜਦੋਂ ਆਇਆ ਨਾ ਉਹਨੇ ਮਾਰੀ ਚੁੱਪੀ ਥੱਲੇ ਉਹਦੇ ਕੋਲ ਜਾ ਕੇ ਨਿਕਲਿਆ ਉਹਨੇ ਅਡਾਇਆ ਘੋੜੀ ਦੀ ਪਿਛਲੇ ਪਾਸੇ ਕੰਡ ਵੀ ਵੱਢ ਦਿੱਤੀ ਨਾਲ ਅੱਛਾ ਜੀ ਹਾਂਜੀ ਉਹ ਮਾਰਿਆ ਚੁੱਕ ਕੇ ਪਰਾਂ ਇਹ ਸਾਰਾ ਮੰਜ਼ਰ ਤੁਸੀਂ ਵੇਖਦੇ ਪਏ ਮੈਂ ਆਪਣੀ ਅੱਖਾਂ ਨਾਲ ਵੇਖਿਆ ਅੱਛਾ ਜੀ ਉਹ ਜਿਹੜਾ ਕੋਈ ਪਿੱਛੇ ਮੁਲਕ ਆ ਰਿਹਾ ਨਾ ਯਕੀਨ ਕਰਿਓ ਉੱਥੇ ਬਾਰਡਰ ਬਣ ਗਿਆ ਇੱਕ ਜਦੋਂ ਬੰਦਾ ਹੁਣ ਇੱਕ ਬੰਦਾ 20 ਬੰਦਾ ਅੱਗੇ ਕੀ ਕਰ ਸਕਦਾ ਨਾ ਉਹਨਾਂ ਨੇ ਨਾ ਘੇਰਾ ਲਿਆ ਪਾਓ ਨਾਈ ਨੂੰ ਸਾਡੇ ਕੋਲ ਨਹੀਂ ਕੋਈ ਆਇਆ ਅੱਛਾ ਜੀ ਨਾ ਘੇਰਾ ਜਿਹੇ ਵੇਲੇ ਪਾ ਲਿਆ ਨਾ ਉਹਨਾਂ ਨੇ ਉਹ ਇੱਕ ਮੁੰਡੇ ਨਾ ਉਹਦੇ ਫਿਰ ਮਾਰਿਆ ਵਰਸ਼ਾ ਇੱਥੇ ਹਾਂ ਇੱਥੇ ਉਹ ਨਾਈ ਦੇ ਉਹਨੇ ਸਾਫਾ ਬੰਨਿਆ ਸੀ ਲੱਕ ਨੂੰ ਇੰਜ ਕਰਕੇ ਉਹਦੇ ਅੰਦਰਾਂ ਜਦੋਂ ਬੰਨੇ ਆਈਆਂ ਨਾ ਉਹਨੇ ਸਾਫਾ ਥੱਲੇ ਕਰ ਲਿਆ ਜਿੱਥੇ ਜਿੱਥੇ ਜ਼ਖਮ ਹੋਇਆ ਸੀ ਹਾਂਜੀ ਉੱਥੇ ਉੱਤੇ ਡੰਡਾ ਵੀ ਉਹਨੇ ਵੱਢਿਆ ਅੱਛਾ ਜੀ ਉਹ ਬੰਦਾ ਵੀ ਵੱਢਿਆ ਜਿਹਨੇ ਉਹਦੇ ਵਰਸ਼ਾ ਮਾਰਿਆ ਉਹ ਵਰਸ਼ਾ ਸੁੱਟ ਕੱਢ ਕੇ ਨਾ ਉਹਨੇ ਆਪਣਾ ਸੁੱਟ ਦਿੱਤਾ ਐਡਾ ਦਲੇਰ ਬੰਦਾ ਸੀ ਉਹ ਤੁਹਾਡਾ ਪੱਲਾ ਹੋ ਜਾਵੇ ਹਾਂਜੀ ਵਰਸ਼ਾ ਕੱਢ ਕੇ ਨਾ ਬਾਹਰ ਸੁੱਟ ਦਿੱਤਾ ਅਤੇ ਅੰਦਰਾਂ ਉਹਦੀਆਂ ਬੰਨੇ ਆ ਗਏ ਉਹਨਾਂ ਨੇ ਸਾਫੇ ਨਾਲ ਬੰਨ ਦਿੱਤੀਆਂ ਇੱਥੇ ਬੜਾ ਜ਼ੋਰਾਵਰ ਬੰਦਾ ਸੀ ਮੈਂ ਕਿਹਾ ਜਿੰਨ ਸੀ ਜਿੰਨ ਬਿਲਕੁਲ ਜਿੰਨ ਵੀ ਸੀ ਅਤੇ ਨਾਲੇ ਦਲੇਰ ਸੀ ਬੜਾ ਬੜਾ ਦਲੇਰ ਸੀ ਬੰਦਾ ਉਹਨਾਂ ਘੇਰ ਕੇ ਮਾਰਿਆ ਸੀ ਉਹਨੂੰ ਫਿਰ ਉੱਥੇ ਪਾਣੀ 'ਚ ਪਾਣੀ 'ਚ ਹਾਂਜੀ ਅੱਛਾ ਨਾ ਉਹਨੂੰ ਨਾ ਮਾਰਿਆ ਨਹੀਂ ਹੈਗਾ ਉਹਨੇ ਨਾ ਉਹ ਜ਼ਖਮੀ ਹੋ ਗਿਆ ਨਾ ਉਹਨੇ ਫੜ ਕੇ ਬਾਹਰ ਲੈ ਆਉਂਦਾ ਥੋੜ੍ਹਾ ਜਿਹਾ ਟਿੱਬੀ ਸੀ ਉੱਥੇ ਲਿਆ ਕੇ ਰੱਖ ਦਿੱਤਾ ਅਤੇ ਜੀਂਦਾ ਸੀ ਉਦੋਂ ਜਿਸ ਵੇਲੇ ਰੱਖ ਦਿੱਤਾ ਨਾ ਉਹਨਾਂ ਨੂੰ ਆਖਣ ਲੱਗੇ ਆਹ ਮੁੰਡਾ ਮੇਰਾ ਆਹ ਇਸ ਭਾਈ ਦਾ ਮੇਰੇ ਮੁੰਡੇ ਨੂੰ ਨਾ ਮੇਰੀ ਲਾਸ਼ 'ਤੇ ਰੱਖ ਕੇ ਅਤੇ ਟੋਟੇ ਕਰ ਦਿਓ ਉਹਨਾਂ ਨੂੰ ਕਹਿਣ ਲੱਗਾ ਵੀ ਉਹ ਮੁੰਡਾ ਮੇਰਾ ਹਾਂ ਵੀ ਉਹ ਮੁੰਡਾ ਇਸ ਭਾਈ ਦਾ ਜਿਹੜਾ ਬੈਠਾ ਤੁਸੀਂ ਦੋਵੇਂ ਇਕੱਠੇ ਬੈਠੇ ਸੀ ਹਾਂਜੀ ਉਹਦਾ ਪੁੱਤ ਤਿੰਨੇ ਬੈਠੇ ਇਕੱਠੇ ਅੱਜ ਦੇ ਤਿੰਨੇ ਬੈਠੇ ਉਹਦਾ ਪੁੱਤ ਵੀ ਨਾਲ ਸੀ ਹਾਂਜੀ ਉਹਦਾ ਪੁੱਤ ਵੀ ਨਾਲ ਸੀ ਹਾਂ ਅੱਛਾ ਜੀ ਉਹ ਆਪਣੇ ਪੁੱਤ ਨੂੰ ਉਹਨਾਂ ਨੂੰ ਆਖਣ ਲੱਗਾ ਸਿੱਖਾਂ ਨੂੰ ਆਹ ਮੁੰਡਾ ਮੇਰਾ ਆਹ ਭਾਈ ਦਾ ਅਤੇ ਇਹ ਮੇਰੇ ਮੁੰਡੇ ਨੂੰ ਨਾ ਮੇਰੇ ਉੱਤੇ ਰੱਖ ਕੇ ਨਾ ਅਤੇ ਇਹਦੇ ਮੇਰੇ ਚਾਰ ਟੋਟੇ ਕਰ ਦਿਓ ਉਹਨਾਂ ਨੇ ਚਾਰ ਟੋਟੇ ਕੀਤੇ ਉਹਦੇ ਮੁੰਡਾ ਵੀ ਨਾਲ ਰੱਖ ਲਿਆ ਹਾਂਜੀ ਪਿਓ ਪੁੱਤਰਾਂ ਦੋਵਾਂ ਦੇ ਹਾਂ ਦੋਵਾਂ ਦੇ ਬਾਰੀ ਆ ਗਈ ਸਾਡੀ ਹਾਂਜੀ ਬਾਰੀ ਸਾਡੀ ਆ ਗਈ ਨਾ ਤੁਹਾਡੀ ਵਾਰੀ ਆ ਗਈ ਹਾਂਜੀ ਉਹ ਮੇਰੇ ਪਿਓ ਨੂੰ ਆਖਣ ਲੱਗੇ ਮੁੰਡਾ ਕੁੜੀ ਹੈ ਆਖਿਆ ਨਹੀਂ ਮੁੰਡਾ ਹੈ ਉਹ ਇੱਕ ਉਸ ਉਹ ਭੰਖਰ ਪਿੰਡ ਦਾ ਭੰਖਰ ਪਿੰਡ ਦਾ ਹਾਂਜੀ
ਉਹਦੇ ਉੱਥੇ ਰੁੜਕੀ ਨਾਨਕੇ ਸਨ। ਅੱਛਾ, ਉਹ ਵੀ ਉੱਥੇ ਮੁਸਲਮਾਨਾਂ ਨੂੰ ਮਾਰਨ ਗਿਆ ਸੀ। ਅੱਛਾ ਜੀ, ਆਪਣੇ ਨਾਨਕੇ। ਠੀਕ ਹੈ, ਭੰਖਰੋਲਾ ਰੁੜਕੀ ਚਲਾ ਗਿਆ, ਉੱਥੇ ਨਾਨਕੇ ਸਨ ਉਹਦੇ, ਜਿਹਦੇ ਕੋਲ ਮੈਂ ਰਹਿੰਦਾ ਸੀ। ਉਹ ਪਿਓ ਮੇਰੇ ਨੂੰ ਨਾ ਪਨਾਹ ਲੈ ਗਏ ਅਤੇ ਮੈਨੂੰ ਨਾ ਉਹ ਸਿੱਖ ਨੇ ਮੇਰੇ ਅੱਬੇ ਕੋਲੋਂ ਖੋਹ ਲਿਆ ਪਹਿਲਾਂ ਹੀ। ਪਹਿਲੇ ਤੁਹਾਨੂੰ ਖੋਹ ਲਿਆ? ਹਾਂ, ਉਹਦੇ ਤੋਂ ਲੈ ਲਿਆ ਖੋ ਰੱਖਣ ਲੱਗੇ ਮੁੰਡੇ ਨੂੰ ਮਿਲਦੇ। ਉਹ ਮੇਰਾ ਪਿਓ ਆਖਣ ਲੱਗਾ ਮੈਨੂੰ ਜੇ ਮਾਰਨਾ ਮੇਰੇ ਮੁੰਡੇ ਨੂੰ ਵੀ ਮਾਰ ਦਿਓ। ਉਹ ਖੈਰ ਮੈਂ ਖੋਹ ਕੇ ਨਾ, ਮੈਨੂੰ ਉਹਦੇ ਕੋਲ ਘੋੜੀ ਸੀ, ਉਹ ਖੋਹ ਕੇ ਨਾ ਮੈਨੂੰ ਅਤੇ ਵਾਹਵਾ ਦੂਰ ਲੈ ਗਿਆ ਉਹਨਾਂ ਨੇ ਮੇਰਾ ਪਿਓ ਨਾ। ਮੈਂ ਕਿਹਾ ਮੈਂ ਆਪਣੇ ਪਿਓ ਕੋਲ ਜਾਣਾ, ਮੈਨੂੰ ਕਿੱਥੇ ਲੈ ਚੱਲਿਆ? ਉਹ ਫਿਰ ਮੈਨੂੰ ਮੋੜ ਕੇ ਲਿਆ, ਮੈਂ ਆਪਣਾ ਪਿਓ ਮਰਿਆ ਪਿਆ ਦੇਖਿਆ। ਜਿਸਲੇ ਤੁਸੀਂ ਵਾਪਸ ਆਏ ਤਾਂ ਪਿਓ ਸ਼ਹੀਦ ਹੋ ਚੁੱਕਾ? ਹਾਂਜੀ, ਸ਼ਹੀਦ ਹੋ ਗਿਆ ਬਿਲਕੁਲ। ਉਹਨਾਂ ਨੇ ਕਿੰਨੇ ਮਾਰੇ ਉਹਨਾਂ, ਉਹ ਸਿੱਖ ਨੇ ਨਾ ਰਾਤ ਨੂੰ ਮੈਨੂੰ ਆਪਣੇ ਘਰ ਲੈ ਗਿਆ ਰੁੜਕੀ ਨਾਨਕਿਆਂ ਦੇ। ਅੱਛਾ, ਉੱਥੇ ਜਿਸ ਵੇਲੇ ਲੈ ਗਿਆ ਨਾ, ਉਹ ਜਿਹਨਾਂ ਦੇ ਦੋ ਮੁੰਡੇ ਮਾਰੇ ਸਨ ਪਹਿਲਾਂ ਨਾਈ ਨੇ, ਹਾਂ ਹਾਂ, ਉਹ ਜਨਾਬ ਨਾ ਉਹ ਲੈ ਕੇ ਘੁਹਾੜੀਆਂ ਘੋੜੀਆਂ ਲੈ ਕੇ ਆ ਗਏ ਜੀ ਤੁਹਾਨੂੰ ਟੁੱਕਣ ਵਾਸਤੇ, ਮਾਰਨ ਵਾਸਤੇ। ਹਾਂ, ਅੱਛਾ ਜੀ, ਉਹ ਜਿਹੜੇ ਸਨ ਨਾ ਉਹ ਸਿੱਖ ਦੇ ਨਾਨਕੇ, ਹਾਂ, ਉਹ ਤਕੜੇ ਬੰਦੇ ਸਨ। ਉਹਨਾਂ ਨੇ ਕਿਹਾ ਕਿੱਧਰ ਫਿਰਦੇ ਹੋ? ਕਹਿੰਦਾ ਜੀ ਮੁੰਡਾ ਦਿਓ ਮੁਸਲਮਾਨਾਂ ਦਾ ਜਿਹੜਾ ਤੁਹਾਡੇ ਕੋਲ। ਉਹਨੇ ਕਿਹਾ ਮੁੰਡੇ ਦਾ ਸਾਨੂੰ ਨਹੀਂ ਪਤਾ ਹੈਗਾ ਅਤੇ ਸਾਡੇ ਅੰਦਰ ਨਾ ਵੜਿਓ। ਉਹ ਚਲੇ ਗਏ, ਭਨੇਵਾ ਲੱਗਦਾ ਸੀ ਉਹਨਾਂ ਦਾ ਸਿੱਖ ਜਿਹਦੇ ਮੈਂ ਰਹਿੰਦਾ ਸੀ। ਅੱਛਾ ਜੀ, ਉਹਨੂੰ ਕਹਿਣ ਲੱਗਾ ਤੂੰ ਇੰਝ ਕੰਮ ਕਰ, ਮੁੰਡਾ ਵਾਹਵਾ ਮੂੰਹ ਮੱਥੇ ਲੱਗਦਾ ਅਤੇ ਤੁਸੀਂ ਨਾ ਇਹਨੂੰ ਨਾ ਰਾਤ ਨੂੰ ਵੀ ਇਹਨੂੰ ਆਪਣੇ ਪਿੰਡ ਲੈ ਜਾ। ਉਹ ਆਖਣ ਲੱਗੇ ਕਹਿੰਦਾ ਇਹ ਇਹਨਾਂ ਦੇ ਮੁੰਡੇ ਮਾਰੇ ਨਾ ਇਹਨਾਂ ਦੇ, ਹਾਂ, ਅਤੇ ਇਹ ਨਾ ਮੇਰੇ ਨਾਲ ਰਲ ਜਾਣ, ਮੁੰਡੇ ਨੂੰ ਮਾਰ ਦੇਣ, ਮੈਨੂੰ ਵੀ ਮਾਰ ਦੇਣ, ਕਿਹੜਾ ਕੋਈ ਪੁੱਛਣ ਵਾਲਾ ਹੁਣ। ਹਾਂ, ਉਹਦਾ ਮਾਮਾ ਜਿਹੜਾ ਸੀ ਨਾ ਮੁੰਡੇ ਦਾ, ਉਹ ਕਹਿਣ ਲੱਗਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਅਤੇ ਘੋੜੀ ਤੁਹਾਡੇ ਕੋਲ ਹੈਗੀ, ਮੈਂ ਆਪਣਾ ਘੋੜੀ ਦੇ ਦੋ ਬੰਦੇ ਅਸੀਂ ਚੱਲਦੇ ਹਾਂ ਤੁਹਾਨੂੰ ਤੁਹਾਡੇ ਪਿੰਡ ਛੱਡਾਂਗੇ। ਅੱਛਾ, ਉੱਥੋਂ 5 ਮੀਲ ਪਿੰਡ ਸੀ ਪੰਖਰ ਜਿਹੜਾ, ਹਾਂਜੀ, ਰੁੜਕੀ ਤੋਂ, ਰੁੜਕੀ ਤੋਂ। ਠੀਕ ਹੈ, ਉਹ ਜਿਸ ਵੇਲੇ ਨਾ ਨਿਕਲ ਗਿਆ ਸੀ ਘੋੜੀ 'ਤੇ ਮੈਨੂੰ ਬਾਹ ਲਿਆ ਉਹਨਾਂ ਰਾਤ ਨੂੰ ਅਤੇ ਚਲੇ ਗਏ ਉੱਥੇ, ਉਹ ਸਾਨੂੰ ਛੱਡ ਕੇ ਆਏ ਮਾਮੇ ਉਹਦੇ। ਅੱਛਾ, ਹੁਣ ਤੁਸੀਂ ਪੰਖਰ ਪਹੁੰਚ ਗਏ ਉੱਥੇ ਨਾ, ਜਦੋਂ ਲੈ ਕੇ ਆਇਆ ਨਾ ਮੈਨੂੰ, ਹੁਣ ਮੈਂ ਰੁੜੂ ਨਾ ਚੁੱਪ ਕਰਾਂ। ਹਾਂ, 6 ਸਾਲਾਂ ਦਾ ਬੱਚਾ, ਆਹੋ, ਜਿੰਨਾ ਆਪਣਾ ਸਾਰਾ ਜੀ ਕੋਈ ਵੀ ਨਾਲ ਨਾ ਹੋਵੇ, ਪਿਓ ਦੀ ਸ਼ਹਾਦਤ ਤੋਂ ਪਿੱਛੇ ਵੇਖ ਕੇ ਆਇਆ ਹੋਵੇ। ਹਾਂਜੀ ਹਾਂਜੀ, ਅਤੇ ਉਹਨੇ ਰੋਣਾ, ਜਹਿਨ ਖਰਾਬ ਹੋਇਆ ਉਹ ਨਾ, ਉਹ ਜਿਹੜਾ ਸੀ ਬੰਦਾ ਮੈਨੂੰ ਲਿਆਇਆ ਨਾ, ਹਾਂ, ਉਹਦਾ ਵਿਆਹ ਵਿਹੂ ਕੋਨੇ ਸੀ ਹੋਇਆ। ਅੱਛਾ, ਨਾ, ਹਾਂ, ਉਹਦਾ ਇੱਕ ਚਾਚਾ ਸੀ ਮੁੰਡੇ ਰਾਜਾ, ਹਾਂ, ਇੱਕ ਪਿਓ ਸੀ, ਹਾਂ, ਉਹ ਮੇਰੇ ਹੁੰਦਿਆਂ ਮਰ ਗਏ ਸੀ ਉੱਥੇ। ਉਸ ਉਹਦਾ ਨਾਂ ਕੀ ਸੀ ਜਿਹੜਾ ਤੁਹਾਨੂੰ ਲੈ ਕੇ ਆਇਆ ਸੀ? ਨਿਰੰਜਣ ਸੀ ਉਹਦਾ ਨਾਂ। ਨਿਰੰਜਣ ਸਿੰਘ? ਨਿਰੰਜਣ ਸਿੰਘ, ਹਾਂ, ਠੀਕ ਹੈ। ਲੰਬੜਦਾਰ ਸੀ ਪਿੰਡ ਦਾ ਉਹ। ਨਿਰੰਜਣ ਸਿੰਘ ਪਿੰਡ ਦਾ ਨੰਬਰਦਾਰ ਸੀ ਭੰਖੜ ਦਾ। ਭੰਖੜ ਦਾ, ਅਤੇ 4-5 ਮਰਬੇ ਜ਼ਮੀਨ ਸੀ ਉਹਦੀ। ਅੱਛਾ, ਹਾਂਜੀ, ਉਹਦੀ ਉਸ ਵੇਲੇ ਉਮਰ ਕਿੰਨੀ ਕੁ ਸੀ? ਕਿਹਦੀ? ਨਿਰੰਜਣ ਸਿੰਘ ਦੀ। 1947 'ਚ ਜਿਸਲੇ ਤੁਹਾਨੂੰ ਲੈ ਕੇ ਗਿਆ ਹੈ, ਉਹਦੇ ਮੇਰਾ ਖਿਆਲ 20-25 ਸਾਲ ਦਾ ਸੀ। 25 ਸਾਲ ਦਾ ਗੱਭਰੂ ਸੀ ਉਹ ਜਵਾਨ? ਹਾਂ, ਆਪਣੇ ਮੁੰਡੇ ਰਿਵਾਜ ਥਾ। ਅੱਛਾ ਜੀ, ਉਹਦਾ ਪਿਓ ਜਿਹੜਾ ਸੀ ਉਹਦਾ ਨਾਂ ਸੀ ਮੁਨਸ਼ੀ ਸਿੰਘ। ਮੁਨਸ਼ੀ ਸਿੰਘ, ਹਾਂਜੀ, ਉਹਨੂੰ ਕਹਿਣ ਲੱਗਾ ਮੁੰਡੇ ਆਪਣੇ ਨੂੰ, ਕਹਿੰਦਾ ਭੈਣ ਜੱਗਾ ਨਿਕਾ ਜਿਹਾ ਬਾਲ ਹੈ ਇੱਥੇ ਕਿੱਥੇ ਸੰਤਾਪ ਲਿਆ ਕੇ ਰੱਖ ਲਿਆ, ਇਹਨੇ ਰੋਈ ਜਾਂਦਾ ਅਤੇ ਸਾਨੂੰ ਵੀ ਨਹੀਂ ਸੌਣ ਦਿੰਦਾ। ਉਹ ਆਖਣ ਲੱਗਾ ਬਾਪੂ, ਕਹਿੰਦਾ ਇਹਦਾ ਅੱਜ ਲੱਲਾ ਦੇਗਾ ਮੈਨੂੰ। ਉਹ ਨਿਰੰਜਣ ਸਿੰਘ ਨੇ ਇਹ ਗੱਲ ਕੀਤੀ, ਇਸ ਬੱਚੇ ਦਾ ਮੇਰੇ ਰੱਖਣ 'ਚ ਨਾ ਅੱਲਾ ਅਜਲ ਦਏਗਾ। ਅੱਛਾ ਜੀ, ਉਹਨੇ ਅੱਲਾ ਦਾ ਨਾਂ ਲਿਆ? ਹਾਂ, ਉਹ ਵਾਹਿਗੁਰੂ ਕਹਿੰਦੇ ਨੇ ਉੱਥੇ। ਵਾਹਿਗੁਰੂ, ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ 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 ਜੀ, ਉਹ ਇਸ ਤਰ੍ਹਾਂ ਦਾ ਉਹਨਾਂ ਦਾ ਹਰੇ ਰਾਮ ਬ੍ਰਾਹਮਣ ਕਰਦੇ ਨੇ। ਹਾਂ ਹਾਂ,
ਠੀਕ ਉਹਨੇ ਕਿਹਾ ਜੀ ਮੈਨੂੰ ਅੱਲਾ ਅਜਰ ਦੇਗਾ ਜਾਂ ਵਾਹਿਗੁਰੂ ਅਜਰ ਦੇਗਾ। ਹਾਂਜੀ ਹਾਂ ਠੀਕ ਹੈ ਹਾਂ। ਉਹ ਫਿਰ ਨਾ ਦਿਨ ਚੜ ਗਿਆ, ਉਹ ਮੈਨੂੰ ਚੁੱਕ ਕੇ ਨਾ ਮੇਰੀ ਮੈਨੂੰ ਨੀਂਦਰ ਨਹੀਂ ਆਈ ਹੈ। ਕਿੱਥੋਂ ਆਉਣੀ ਸੀ, ਕਿੱਥੋਂ ਨੀਂਦਰ ਆਉਣੀ ਸੀ, ਨਾ ਅੱਖਾਂ 'ਚ ਨੀਂਦਰ ਕਿੱਥੋਂ ਪੈਣੀ ਸੀ? ਨਾ ਜੀ ਨਾ। ਉਹ ਫਿਰ ਨਾ ਜਦ ਦਿਨ ਚੜਿਆ ਨਾ, ਹਾਂ ਉਹ ਲੱਗਿਆ ਆਟਾ ਗੁੰਨਣ। ਹਾਂ ਲੱਗ ਨਾ ਗੁਆਂਢੀਆਂ ਦੇ, ਉਹਨਾਂ ਦੇ ਸੀ ਬਾਹਮਣ, ਇੱਕ ਬਾਹਮਣਾਂ ਦਾ ਘਰ ਸੀ। ਹਾਂ ਬਾਹਮਣ ਹਿੰਦੂ ਸਨ ਉਹ। ਹਾਂ ਹਾਂ ਅਤੇ ਉਹਨਾਂ ਦੀ ਮਾਈ ਆ ਜਾਂਦੀ ਹੈ। ਹਾਂ ਉਹਨਾਂ ਕੋਲ ਬੱਚਾ ਕੋਲ ਨਹੀਂ ਸੀ। ਅੱਛਾ ਜੀ। ਨਾ ਵਡੇਰੇ ਹੋਏ ਸਨ। ਹਾਂ ਉਹ ਬਾਬਾ ਜਿਹੜਾ ਸੀ ਨਾ ਬਾਹਮਣ, ਉਹਨੇ ਕਿਹਾ ਯਾਰ ਇਹ ਮੁੰਡਾ ਸਾਨੂੰ ਦੇ ਦੇ, ਇਹ ਮੁੰਡਾ ਸਾਨੂੰ ਦੇ ਦੇ। ਹਾਂ ਉਹਨੇ ਕਿਹਾ ਪੰਡਤਾ ਗੱਲ ਸੁਣ, ਹਾਂ ਇਹ ਆਪਣੀ ਜਾਨ ਹੀਲ ਕੇ ਲਿਆਉਂਦਾ। ਹਾਂ ਹਾਂਜੀ ਬਿਲਕੁਲ ਠੀਕ ਹੈ। ਹਾਂਜੀ ਇਹ ਆਪਣੀ ਜਾਨ ਹੀਲ ਕੇ ਲਿਆਉਂਦਾ, ਹਾਂ ਐਵੇਂ ਨਹੀਂ ਆਇਆ, ਹਾਂ ਅਤੇ ਮੈਂ ਤੁਹਾਨੂੰ ਮੁਕਤ ਦੇਦਾ। ਅੱਛਾ ਜੀ। ਇਹ ਮੈਂ ਜਿੰਦਾ ਰਿਹਾ ਅਤੇ ਮੈਂ ਇਹਦੀ ਪ੍ਰਬਤ ਕਰਾਂਗਾ। ਉਹਨਾਂ ਆਖਣ ਲੱਗੇ ਮਾਈ ਨੂੰ, ਆਖੇ ਮਾਈ ਇੱਕ ਕੰਮ ਕਰਦੇ ਸਾਡਾ, ਆਖੇ ਦੱਸੋ ਪੁੱਤਰੋ, ਆਖੇ ਦੋ ਨਾ ਪਰੌਂਠੇ ਪਕਾ ਦੇ। ਤੁਸੀਂ ਕਹਿੰਦਾ ਹੁਣ ਝੂਠ ਮਾਰਨ ਵਾਲੀ ਗੱਲ ਹੈ? ਨਹੀਂ ਨਹੀਂ ਤੁਸੀਂ ਗੱਲ ਸੁਣਾਓ, ਸੁਣਾਓ ਸਾਨੂੰ ਸਾਰੀ ਗੱਲ ਸੁਣਾਓ। ਅਤੇ ਅੱਠ ਬੰਦੇ ਰੱਖੇ ਸਨ ਉਹਨੇ, ਨੌਕਰ ਨੌਕਰ ਹਾਂਜੀ, ਅਤੇ ਚਾਰ ਹਾਲ ਸੀ ਉਹਦੇ, ਚਾਰ ਹਾਲ ਵਗਦੇ ਸੀ ਉਹਦੇ, ਪੰਜ ਮਰਬੇ ਜ਼ਮੀਨ ਸੀ ਉਹਦੇ ਕੋਲ। ਅੱਛਾ ਜੀ। ਉਸ ਦੌਰਾਨ 'ਚ ਨਾ ਉਹਨੇ ਦੋ ਤਿੰਨ ਖੂਹ ਲਵਾਏ ਸੀ ਆਪਣੇ, ਵੀ ਇਸਤੇਮਾਲ ਹੋ ਗਈ ਸੀ ਉੱਥੇ। ਅੱਛਾ ਜੀ। ਹਾਂਜੀ ਤਿੰਨ ਖੂਹ ਨਵੇਂ ਲਵਾਏ ਉਹਨਾਂ ਨੇ ਆਪਣੀ ਪੈਲੀ 'ਚ। ਅੱਛਾ ਜੀ। ਹਾਂਜੀ ਅਤੇ ਜ਼ਮੀਨ ਵੀ ਇਕੱਠੀ ਚਾਰ ਪੰਜ ਮਰਬੇ। ਠੀਕ ਹੈ। ਇੱਕ ਪਾਸੇ ਲਈ ਪੰਖਰ ਪਿੰਡ ਦੇ ਵਿੱਚ ਹੀ ਸੀ। ਹਾਂਜੀ ਠੀਕ ਹੈ। ਉਹਦੇ ਵਿੱਚ ਆ ਕੇ ਨਾ ਮਾਈ ਨੇ ਰੋਟੀ ਰਾਟੀ ਪਕਾਈ। ਹਾਂ ਬਾਹਮਣਾਂ ਦੀ ਮਾਈ ਨੇ। ਹਾਂਜੀ ਉਹ ਮਾਈ ਆਖਣ ਲੱਗੀ, ਕਹਿੰਦੀ ਪੁੱਤਰ ਅਸੀਂ ਵੀ ਖਾਣੀ ਆ ਰੋਟੀ। ਉਹਨੂੰ ਨੰਬਰਦਾਰ ਨੂੰ ਆਖਣ ਲੱਗੀ ਅਸੀਂ ਵੀ ਰੋਟੀ ਖਾਣੀ ਆ। ਉਹਨੇ ਕਿਹਾ ਮਰਨੀ ਹੈ, ਆਟਾ ਚੁੱਕਿਆ ਕਿਉਂ ਆ ਤੂੰ, ਆਟਾ ਵੱਧ ਗਿਆ ਨਾ, ਦੋ ਰੋਟੀਆਂ ਤਿੰਨ ਪਕਾਈਆਂ ਸਾਡੇ ਲਈ ਉਹਨੇ। ਹਾਂ ਉਹਨੇ ਬਾਕੀ ਆਟਾ ਚੁੱਕ ਦਿੱਤਾ, ਆਖੇ ਯਾਰ ਆਟਾ ਇਹ ਵੀ ਪਕਾ ਲਿਆ ਤੁਸੀਂ ਵੀ ਖਾਓ। ਉਹ ਜਿਹੜੇ ਬੰਦੇ ਰੱਖੇ ਸਨ ਨਾ ਉਹਨੇ, ਉਹ ਰੋਟੀ ਨਹੀਂ ਸੀ ਦਿੰਦਾ ਉਹਨਾਂ ਨੂੰ ਰੋਟੀ, ਉਹਨੇ ਕਿਹੜਾ ਪਕਾਉਣ ਵਾਲਾ ਤਾਂ ਹੈ ਨਹੀਂ ਕੋਈ। ਅੱਛਾ। ਉਹਨਾਂ ਨੂੰ ਦਾਣੇ ਦੇ ਦਿੰਦਾ ਸੀ। ਹਾਂ ਦਾਣੇ ਨਾ ਮਸਾਲੇ ਇੱਕ ਮਹੀਨੇ ਦੇ ਨਾ ਮਣ ਦੋ ਮਣ ਦਾਣੇ ਦੇ ਦੇਣੇ। ਠੀਕ ਹੈ। ਵੀ ਭਾਈ ਤੁਸੀਂ ਆਪਣੀ ਰੋਟੀ ਆਪ ਘਰ ਪਕਾਉਣੀ ਹੈ। ਅੱਛਾ ਜੀ। ਹਾਂਜੀ ਤੂੰ ਯਕੀਨ ਨਹੀਂ ਕਰਨਾ, ਮੈਂ ਮਰਨ ਛੇ 'ਤੇ ਬੈਠਾ, ਜਦੋਂ ਜੇਠ ਆ ਜਾਣਾ ਨਾ, ਵਾਢੀਆਂ ਪੈ ਜਾਂਦੀਆਂ ਕਣਕ ਦੀਆਂ। ਹਾਂ ਉਦੋਂ ਚੁਰਸਤੇ ਦੇ ਉੱਤੇ, ਹਾਂ ਜਿੱਥੇ ਚਾਰ ਰਸਤੇ ਰਲਦੇ ਹੋਣ, ਹਾਂ ਉੱਥੇ ਉਹਨੇ ਤਿੰਨ ਬੰਦੇ ਪਾਉਣੇ ਆ, ਹਾਂ ਮਿੱਟੀ ਦੇ ਮੱਟ ਡੱਡੇ, ਹਾਂ ਦੋ ਬੋਰੀਆਂ, ਇੱਕ ਬੋਰੀ ਚਣਿਆਂ ਦੀ, ਇੱਕ ਬੋਰੀ ਸੱਤੂਆਂ ਦੀ, ਹਾਂ ਇੱਕ ਬੋਰੀ ਸੱਕਰ ਦੀ, ਹਾਂ ਉੱਥੇ ਉਹਨਾਂ ਨੇ ਸੰਭਾਲ ਦੇਣੀ ਆ। ਅੱਛਾ ਜੀ। ਨਲਕਾ ਲਾ ਕੇ ਦੇਣਾ ਉੱਥੇ, ਹਾਂ ਵੀ ਲਓ ਜੇ ਪਾਣੀ ਦਾ ਕੋਈ ਵਾਧਾ ਘਾਟਾ ਹੋ ਜਾਵੇ ਨਾ, ਇੱਥੇ ਪਾਣੀ ਭਰ ਲਿਆ ਮੱਟਾਂ 'ਚ, ਫਿਰ ਪਾ ਲਿਆ, ਹਾਂ ਫਿਰ ਮਿੱਠਾ ਮੁੱਠਾ ਪਾ ਲਿਆ। ਫਿਰ ਉਹ ਜਿਹੜੇ ਸੀ ਨਾ ਬੰਦੇ ਬਿਠਾਏ, ਹਾਂ ਉਹ ਰਾਹ ਜਾਂਦਿਆਂ ਨੂੰ ਵੀ ਬਾਜਾਂ ਮਾਰੀ ਜਾਂਦੇ ਸੀ ਵੀ ਖਾ ਲਓ, ਹਾਂਜੀ ਆ ਜਾਓ ਪਾਣੀ ਪੀ ਲਓ, ਭੋਜਨ ਖਾ ਲਓ। ਅੱਛਾ ਜੀ। ਉਹ ਭੋਜਨ ਕਹਿੰਦੇ ਨਾ, ਹਾਂ ਹਾਂ ਵੀ ਭੋਜਨ ਖਾ ਲਓ। ਹਾਂ ਉਹਨੂੰ ਕਹਿੰਦੇ ਸੀ ਪੌਲ ਆਇਆ ਆ, ਲਾਣੇ ਸਿੱਖਣਾ ਪੌਲ ਆਇਆ ਉੱਥੇ ਬਈ ਚੁਰਸਤੇ 'ਤੇ। ਉਹ ਦੋ ਰਸਤਿਆਂ ਦੋ ਚੁਰਸਤਿਆਂ ਦੇ ਨਾ ਉਹਨੇ ਛੇ ਬੰਦੇ ਪਾਉਣੇ ਆ। ਅੱਛਾ ਜੀ। ਉਹਨਾਂ ਨੂੰ ਤਨਖਾਹ ਦੇਣੀ ਆ, ਉਹਨਾਂ ਦੀ ਤਨਖਾਹ ਦੇਣੀ ਆ, ਜਿਹੜੇ ਉਹਨਾਂ ਦੇ ਬੱਚੇ ਆ ਨਾ ਪਿੱਛੇ ਉਹਨਾਂ ਨੂੰ ਵੀ ਖਰਚਾ ਦੇਣਾ। ਮਾਈ ਆਖਣ ਲੱਗੀ, ਕਹਿੰਦੀ ਪੁੱਤਰੋ ਤੁਸੀਂ ਇੰਝ ਕੰਮ ਕਰੋ, ਇਹ ਸਾਰੀ ਰਾਤ ਤੁਹਾਡਾ ਮੁੰਡਾ ਰੋਂਦਾ ਰਿਹਾ, ਅਤੇ ਕਿਸੇ ਨੂੰ ਜਨਾਨੀ ਵਾਲੇ ਨੂੰ ਦੇ ਦਿਓ,
ਪਾੜ ਲੈ ਗਈ ਅਤੇ ਜਾਂ ਸਾਨੂੰ ਦੇ ਦਿਉ। ਉਹ ਸਿੱਖ ਆਖਣ ਲੱਗਿਆ ਮਾਈਏ ਨਾ ਇਹ ਦੁੱਖ ਛੇੜ ਮੁੰਡੇ ਵਾਲਾ ਨਾ ਨਾ ਜੇ ਜੇ ਤਾਂ ਦਾਣਾ ਪਾਣੀ ਵਧਿਆ ਹੋ ਨਾ ਇਹ ਰੁੱਖੀ ਮਿਸੀ ਖਾ ਕੇ ਵੱਟ ਜਾਣਾ ਇਹਨੇ। ਲਾਜਵਾਬ ਹੋ ਗਏ। ਇੱਕ ਦਿਨ ਹਾਂ ਰੋਟੀ ਅਸੀਂ ਖਾਧੀ ਅਤੇ ਮੈਨੂੰ ਚੁੱਕ ਕੇ ਨਾ ਘੋੜੀ ਦੇ ਬੱਗੇ ਜਿਹੇ ਲੰਘਦੀ ਘੋੜੀ ਚੱਕੀ ਸੀ ਉਹਨੇ ਉਹਨੇ ਘੋੜੀ ਜਾ ਕੇ ਨਾ ਆਪਣੇ ਮਰਬਿਆਂ 'ਚ ਛੱਡ ਦੇਣੀ ਜਿੱਥੇ ਮਰਜ਼ੀ ਫਿਰ। ਉੱਥੇ ਜਿਹੜੇ ਅਸੀਂ ਗਏ ਨਾ ਇੱਕ ਮਾਛੀ ਮੁੰਡਾ ਰੱਖਿਆ ਸੀ ਨਾਲ। ਇੱਧਰ ਮਾਛੀ ਕਹਿੰਦੇ ਨੇ ਉੱਧਰ ਕਹਿੰਦੇ ਸੀ ਚੋਰ ਚੋਰ ਝੂਰ ਝੂਰ। ਅੱਛਾ ਹਾਂਜੀ ਅੱਛਾ ਉਹ ਜਿਹਨੂੰ ਝੂਰ ਕਹਿੰਦੇ ਸੀ ਨਾ ਉਹ ਉਹ ਹਿੰਦੂ ਸਨ। ਹਾਂ ਹਾਂਜੀ ਅੱਛਾ ਉਹਦੇ ਵਿੱਚ ਆਵੇ ਨਾ ਪੁੱਤਰਾ ਉਹ ਜਿਹੜਾ ਸੀ ਨਾ ਮਾਛੀ ਮੁੰਡਾ ਰੱਖਿਆ ਉਹਨੂੰ ਆਖਣ ਲੱਗਾ ਲੈ ਵੀ ਗੱਲ ਸੁਣ ਅੱਜ ਤੋਂ ਤੂੰ ਕੰਮ ਨਹੀਂ ਕਰਨਾ ਕੋਈ। ਠੀਕ ਹੈ ਉਹਨੂੰ ਚਾਚਾ ਕਹਿੰਦਾ ਸੀ ਮੈਂ ਵੀ ਚਾਚਾ ਕਹਿੰਦਾ ਸੀ ਨਰਿੰਜਨ ਸਿੰਘ ਨੂੰ। ਹਾਂਜੀ ਠੀਕ ਹੈ ਉਹਨੂੰ ਆਖਣ ਲੱਗਾ ਪੁੱਤਰਾ ਅੱਜ ਤਾਂ ਤੂੰ ਕੰਮ ਨਹੀਂ ਕਰਨਾ ਇਹ ਮੁੰਡੇ ਦੇ ਕੱਪੜੇ ਧੋਣੇ ਆ ਇਹਨੂੰ ਆਪਣੇ ਸਾਡੇ ਘਰ ਨਾ ਜਾ ਕੇ ਰੋਟੀ ਜੋ ਕੁਛ ਲੈ ਆਟਾ ਦਾਣਾ ਸਾਡੇ ਘਰੋਂ ਲੈਣਾ ਤੂੰ ਅਤੇ ਰੋਟੀ ਪਕਾ ਕੇ ਇਹਨੂੰ ਦੇਣੀ ਆ ਅਸੀਂ ਤਾਂ ਜਿੱਦਾਂ ਦੀ ਪੱਕਣੀ ਆ ਖਾ ਲੈਣੀ ਆ ਕੱਚੀ ਪੱਕੀ ਵੀ ਇਹਨੂੰ ਆਪਣੇ ਘਰੋਂ ਆਪਣੀ ਜਨਾਨੀ ਨੂੰ ਆਖੇ ਇਹਨੂੰ ਪਰੌਂਠੇ ਦੋ ਪਕਾ ਕੇ ਨਾ ਦੇਣੇ ਆ ਇੱਕ 12 ਵਜੇ ਖਾਣਾ ਇਹਨੇ ਇੱਕ ਸ਼ਾਮ ਨੂੰ ਖਾਣਾ। ਅੱਛਾ ਜੀ ਸਵੇਰੇ ਠੀਕ ਹੈ ਉਹਨਾਂ ਨੂੰ ਨਾ ਐਡਾ ਬਾਲਟਾ ਭਰ ਕੇ ਦੇਣਾ ਦੁੱਧ ਦਾ ਉਹ ਮਾਛੀ ਮੁੰਡੇ ਨੂੰ ਵੀ ਤੁਹਾਡੇ ਬਾਲ ਨੇ ਉਹਨਾਂ ਨੂੰ ਆਖੋ ਉਹ ਪੀ ਲਿਆ ਕਰਨਗੇ ਆਹ ਮੇਰਾ ਮੁੰਡਾ ਵੀ ਨਾ ਤੁਹਾਡੇ ਬਾਲਾਂ ਨਾਲ ਨਾ ਅਤੇ ਖੇਡਦਾ ਖੂਡਦਾ ਰਹਿ ਕਰਿਆ। ਉਹ 2 ਦਿਨ ਉਹ ਮੱਛਰ ਨੇ ਰੋਟੀ ਪਕਾਈ ਨਾ ਅਤੇ ਮੈਨੂੰ ਆ ਗਿਆ ਪਿਸ਼ਾਬ। ਹਾਂਜੀ ਠੀਕ ਹੈ ਉਹ ਮੈਂ ਨਾ ਉਹ ਕੱਚੇ ਵਿਹੜੇ ਵੂੜੇ ਹੁੰਦੇ ਸਨ ਅਤੇ ਮੈਂ ਨਾ ਬਾਬਾ ਦੂਰ ਜਾ ਕੇ ਨਾ ਪਿਸ਼ਾਬ ਕਰਨ ਲੱਗ ਗਿਆ। ਅੱਛਾ ਜੀ ਅਤੇ ਉਹ ਨਾ ਮੈਂ ਪਿਸ਼ਾਬ ਕਰਕੇ ਆਇਆ ਨਾ ਇਸ ਤਰ੍ਹਾਂ ਨਾ ਉਹਨੇ ਘੜਾ ਸੀ ਪਿਆ ਹੈਂ ਮੈਂ ਉਹਦੇ ਪਿਆਲਾ ਦਿੱਤਾ ਘੜੇ 'ਤੇ ਮੈਂ ਉਹ ਪਿਆਲੇ 'ਚ ਪਾ ਕੇ ਨਾ ਪਾਣੀ ਘੜੇ 'ਚੋਂ ਇੱਕ ਹੋਰ ਹੁੰਦੀ ਹੈ ਭੈਣ ਜੋ ਗਾਗਰ ਜੀ ਹਾਂ ਹਾਂ ਗਾਗਰ ਹਾਂ ਉਹਦੇ 'ਚ ਪਾਣੀ ਪਾ ਕੇ ਨਾ ਮੈਂ ਹੱਥ ਧੋਣ ਲੱਗ ਗਿਆ। ਅੱਛਾ ਉਹ ਵੇਖਦੀ ਸੀ ਭਾਈ ਮਾਛਣ ਉਹਦਾ ਬੰਦਾ ਆਇਆ ਨਾ ਮਾਛੀ ਉਹਨੂੰ ਆਖਣਗੇ ਮੁੰਡਾ ਉਹਨਾਂ ਦੇ ਘਰ ਛੱਡਿਓ ਕੀ ਹੋਇਆ ਹੋ ਗਏ ਉਹ ਸਾਡੇ ਵਿਹੜੇ 'ਚ ਮੂਤਰ ਦਿੱਤਾ ਇਹਨੇ ਮੈਂ ਕਿਹਾ ਭੈਣ ਹੀ ਆ ਗਿਆ ਕੁੱਤੇ ਦੇ ਪੁੱਤਰੇ ਤੇਰੇ ਨਹੀਂ ਮੂਤਰਦੇ। ਅੱਛਾ ਮੁੰਡੇ ਨੂੰ ਕਿਉਂ ਛੱਡਿਆ ਜੀ ਹਾਂ ਉਹ ਕੁੜੀ ਜਾਂ ਵਧੀਆ ਪੁੱਤਰੇ ਦੁੱਧ ਦਾ ਬਾਲਟਾ ਤੁਸੀਂ ਪੀਂਦੇ ਹੋ ਭੈਣ ਹੀ ਜਾਂ ਕੋਈ ਇਹਨਾਂ ਦਾ ਘੁੱਟ ਪੀਣਾ ਹੁੰਦਾ ਵਿਚਾਰੇ ਨੇ ਅਤੇ ਤੂੰ ਇਹਨੂੰ ਆਉਂਦੀ ਉਹਨਾਂ ਦੇ ਘਰ ਛੱਡਿਓ ਉਹ ਤੁਹਾਡਾ ਕੁੜੀ ਜਾਂ ਵਧੀਆ ਪੁੱਤਰਾ ਰੁਜ਼ਗਾਰ ਖੁੱਲ੍ਹ ਗਿਆ ਇਹਦੇ ਆਉਣ 'ਚ ਅਤੇ ਇਹਨੂੰ ਨਾ ਪੂਰਾ ਪੂਰਾ ਕਰਿਆ ਕਰ ਉਹ ਖਰ ਉਹ ਨਾ ਉਹ ਬਾਹਮਣੀ ਨਾ ਬਾਹਮਣੀ ਸਾਡੀ ਗੁਆਂਢਣ ਜਿਹੜੀ ਸੀ ਉਹ ਨਾ ਮਾਛੀਆਂ ਦੇ ਘਰ ਚਲੀ ਗਈ ਉਹ ਮਾਛੀ ਨੂੰ ਆਖਣ ਲੱਗੀ ਮੁੰਡਾ ਇਹਨਾਂ ਦਾ ਨਾ ਇੱਥੇ ਮੂਤਰ ਛੱਡਦਾ ਵਿਹੜੇ 'ਚ ਉਹ ਮਾਈ ਨੇ ਆਉਣ ਸਾਰ ਦੱਸਿਆ ਹੈ ਜੀ ਹੁਣ ਸਿੱਖ ਨੂੰ। ਅੱਛਾ ਹੁਣ ਆਉਣ ਸਾਰ ਦੱਸਿਆ ਸਾਨੂੰ ਇੱਥੇ ਨਾਂ ਵੀ ਦੱਸ ਦਿਓ ਕਿ ਉਹ ਮਾਛੀ ਅਤੇ ਮਾਛਣ ਦਾ ਕੀ ਨਾਂ ਸੀ ਕੋਈ ਯਾਦ ਹੈ। ਉਹ ਮਾਛੀ ਜਿਹੜਾ ਸੀ ਨਾ ਹਾਂ ਉਹਦਾ ਨਾਂ ਗੁਰਨਾਮ ਸੀ ਉਹ ਹਿੰਦੂ ਸਨ ਉਹ। ਅੱਛਾ ਜੀ ਉਹਦਾ ਨਾਂ ਸੀ ਗੁਰਨਾਮ ਸਿੰਘ ਗੁਰਲਾਮ ਗੁਰਨਾਮ ਸਿੰਘ ਗੁਰਨਾਮ ਹਾਂ ਗੁਰਨਾਮ ਸਿੰਘ। ਅੱਛਾ ਗੁਰਨਾਮ ਸਿੱਖ ਸੀ ਸਿੱਖ ਸਿੱਖ ਸੀ ਉਹ ਹਿੰਦੂ ਲੋਕ ਸਨ ਉਹ ਮਾਛੀ ਜਿਹੜਾ ਸੀ ਹਿੰਦੂ ਸੀ। ਹਾਂਜੀ ਔਰ ਜਿਹੜਾ ਉਹ ਬਾਹਮਣ ਸੀ ਉਹ ਜਿਹੜੀ ਉਹ ਔਰਤ ਗਈ ਸੀ ਬਾਹਮਣਾਂ ਦੀ ਉਹਦਾ ਕੀ ਨਾਂ ਸੀ ਉਹਦਾ ਨਹੀਂ ਜੀ ਪਤਾ ਮੇਰੇ ਮੈਨੂੰ ਪਤਾ ਹੈ ਸੀ ਪਰ ਮੇਰੇ ਹੁਣ ਜਾਣ ਕੰਮ ਜੀ ਠੀਕ ਹੈ ਉਹ ਗੁਆਂਢੀ ਸੀ ਪਰ ਨਰਿੰਜਨ ਸਿੰਘ ਦੀ ਗੁਆਂਢਣ ਸੀ ਉਹ ਬਾਹਮਣ ਔਰਤ ਜਿਹੜੀ
ਫਿਰ ਉਹਨੇ ਆ ਕੇ ਦੱਸਿਆ ਉਹਨੂੰ ਵੀ ਇਹ ਨਾ ਹਾੜੀ ਮੁੰਡਾ ਤੁਸੀਂ ਉੱਧਰ ਛੱਡਿਆ ਨਾ ਅਤੇ ਉਹ ਇਹਦੇ ਤੋਂ ਨਾ ਇਹਨੂੰ ਬੁਰਾ ਮਨਾਉਂਦੀ ਹੈ ਮੁੰਡੇ ਨੂੰ ਤੁਹਾਡੇ ਨੂੰ ਅੱਛਾ ਵੀ ਕਾਵੜ ਕਰਦੀ ਹੈ ਹਾਂਜੀ ਮੈਂ ਕਿਹਾ ਚਲੋ ਪੜ ਕਰਾਂਗੇ ਪਤਾ ਹਾਂ ਵਰਚੀ ਆ ਗਿਆ ਉਹ ਬੈਂਗੀ 'ਤੇ ਦੁੱਧ ਲਿਆਉਂਦਾ ਹੁੰਦਾ ਸੀ ਬੈਂਗੀ ਨੂੰ ਜਾਣਦੇ ਉਹ ਮੇਰਾ ਖਿਆਲ ਹੈ ਤੁਸੀਂ ਨਹੀਂ ਵੇਖੀ ਹੈਗੀ ਉਹਨੂੰ ਨਾ ਇੱਕ ਡੰਡਾ ਇਹੋ ਜਿਹਾ ਲੱਗਾ ਹੁੰਦਾ ਨਾ ਲੰਮਾ ਇਹ ਤਰੱਖੜੀ ਨਹੀਂ ਹੁੰਦੀ ਉਹਦੇ ਦੋ ਪਾਸੇ ਉਹ ਦੂਣੀਆਂ ਲਟਕਾ ਲੈਂਦੇ ਨੇ ਹੈਂ ਨਾ ਅੱਛਾ ਉਹਦੇ ਵਿੱਚ ਉਹ ਹੁੰਦੀ ਆ ਬੁਣੀ ਉਹਦੇ ਫੱਟੀਆਂ ਲੱਗੀਆਂ ਹੁੰਦੀਆਂ ਇੰਜਾਂ 'ਤੇ ਉਹਦੇ ਚਾਰ ਰੱਸੇ ਪਾਏ ਨੇ ਹੈਂ ਉਹਦੇ ਗਾਗਰਾਂ ਭਰ ਕੇ ਨਾ ਦੁੱਧ ਦੀਆਂ ਉਹਦੇ ਵਿੱਚ ਰੱਖ ਲੈਣੀਆਂ ਅੱਛਾ ਜੀ ਅਤੇ ਕੜਵੰਜੀ ਜੀ ਹੁੰਦੀ ਇੱਕ ਤਰ੍ਹਾਂ ਦੀ ਉਹਨੂੰ ਰੱਸਿਆਂ ਵਾਲੀ ਹਾਂਜੀ ਕੜਵੰਜੀ ਜੀ ਹੁੰਦੀ ਉਹ ਤਰੱਖੜੀ ਨਹੀਂ ਹੁੰਦੀ ਤਰੱਖੜੀ ਤਰੱਖੜੀ ਤਰ੍ਹਾਂ ਹੁੰਦੀ ਸਿਰਫ ਬਸ ਠੀਕ ਹੈ ਠੀਕ ਹੈ ਹਾਂਜੀ ਤਰੱਖੜੀ ਦਾਣੇ ਪਾ ਦਿਓ ਬਰਾਬਰ ਹੋ ਜਾਏ ਅੱਛਾ ਠੀਕ ਹੈ ਜੀ ਉਹ ਦੁੱਧ ਉਹਦੇ 'ਚ ਹਾਂਜੀ ਦੋ ਉਹ ਬਾਣੀ 'ਤੇ ਦੁੱਧ ਲਿਆਉਂਦਾ ਹੁੰਦਾ ਸੀ ਇੰਨਾ ਮਾਛੀ ਮੁੰਡਾ ਇੰਨਾ ਦੁੱਧ ਸੀ ਹਾਂ ਜੀ ਉਹਦਾ ਡੇਰਾ ਕਿਲੇ ਬਾਹਰ ਸੀ ਪੰਜ ਚਾਰ ਕਿਲੇ ਬਾਹਰ ਸੀ ਠੀਕ ਹੈ ਅਤੇ ਉਹਨੇ ਦੁੱਧ ਉੱਥੋਂ ਬਾਹਰੋਂ ਨਾ ਵਹਿੰਗੀ 'ਤੇ ਲਿਆਉਣਾ ਉੱਥੇ ਇੱਕ ਨਾ ਤੰਦੂਰ ਲਾਇਆ ਸੀ ਮਾਛੀ ਨੇ ਉਹ ਜਦੋਂ ਮਾਈ ਦਾ ਸੁਨੇਹਾ ਮਿਲਿਆ ਨਾ ਵੀ ਉਹ ਮੁੰਡੇ ਨੂੰ ਚੰਗਾ ਨਹੀਂ ਸਮਝਦੀ ਮਾਛਣ ਉੱਥੇ ਇੱਕ ਬੰਦੇ ਨੇ ਤੰਦੂਰ ਲਾਇਆ ਸੀ ਉਹ ਮੈਨੂੰ ਸਿੱਖ ਨਾਲ ਲੈ ਗਿਆ ਮੈਨੂੰ ਆਖਣਾ ਚੱਲ ਪੁੱਤਰਾ ਉੱਥੇ ਨਾ ਹੁਣ ਤੋਂ ਮਾਛੀਆਂ ਦੇ ਘਰ ਨਹੀਂ ਜਾਣਾ ਅੱਛਾ ਜੀ ਨਾ ਉਹ ਮੈਨੂੰ ਲੈ ਗਿਆ ਨਾਲ ਤੰਦੂਰ ਲਾਇਆ ਉਹਨੇ ਐਡਾ ਬੜਾ ਉੱਚਾ ਰੋਟੀਆਂ ਲਾਉਂਦਾ ਸੀ ਲੋਕਾਂ ਦੀਆਂ ਵੀ ਲਾਉਂਦਾ ਸੀ ਰੋਟੀਆਂ ਆਟਾ ਲੈ ਜਾਂਦੇ ਲੋਕ ਰੋਟੀਆਂ ਲਾਉਣ ਵਾਲੇ ਉਹ ਚਲੇ ਗਏ ਅਸੀਂ ਉਹਨੂੰ ਆਖਣ ਲੱਗੇ ਕਿਉਂ ਬਈ ਰੋਟੀਆਂ ਲਾਉਣ ਦਾ ਮਿਸਾਲ ਹੈ 10 ਰੋਟੀਆਂ ਲਵਾਈਆਂ ਤੇਰੇ ਕੋਲੋਂ ਅਤੇ ਕੀ ਹਦੀਆ ਉਹਨੇ ਕਹਾ ਜੀ ਇੱਕ ਪੇੜਾ 10 ਰੋਟੀਆਂ ਦਾ ਅੱਛਾ ਜੀ ਇੱਕ ਪੇੜਾ ਅਤੇ 10 ਰੋਟੀਆਂ ਪਕਾ ਦੇਣੇ ਤਾਂ ਇੱਕ ਪੇੜਾ ਮੈਂ ਤੁਹਾਡੇ ਆਟੇ 'ਚ ਰੱਖ ਲੈਣਾ ਠੀਕ ਹੈ ਚਲੋ ਜੀ ਠੀਕ ਹੈ ਅਸੀਂ ਕਿਹੜਾ 10 ਰੋਟੀਆਂ ਪਕਾਉਣੀਆਂ ਸੀ ਹਾਂ ਨਾ ਉਹਦਾ ਪਿਓ ਵੀ ਮਰ ਗਿਆ ਉਹਦਾ ਚਾਚਾ ਸੀ ਇੱਕ ਉਹ ਵੀ ਮਰ ਗਿਆ ਦੋ ਰਹਿ ਗਏ ਦੋ ਘਰ ਦੇ ਜੀ ਰਹਿ ਗਏ ਇੱਕ ਨਰਿੰਜਣ ਸਿੰਘ ਹਾਂਜੀ ਇੱਕ ਤੁਸੀਂ ਬਿਲਕੁਲ ਅੱਛਾ ਜੀ ਉਹ ਰੋਟੀ ਉਹਨੇ ਉਹਨਾਂ ਦੇ ਨਾਲ ਮੁਕਾ ਲਈ ਵੀ 10 ਪੇੜਿਆਂ 'ਚੋਂ ਇੱਕ ਪੇੜਾ ਤੂੰ ਰੱਖ ਲਿਆ ਕਰ ਹਾਂਜੀ ਇੱਥੇ ਸਾਨੂੰ ਇਹ ਦੱਸੋ ਵੀ ਤੁਹਾਡਾ ਨਾਂ ਉਹਨੇ ਕੀ ਰੱਖਿਆ ਸੀ ਮੇਰਾ ਤੁਹਾਡਾ ਨਾਂ ਕੋਈ ਉਹਨੇ ਬਦਲ ਕੇ ਰੱਖਿਆ ਸੀ ਉੱਥੇ ਨਹੀਂ ਕੀ ਬੁਲਾਉਂਦੇ ਸੀ ਤੁਹਾਨੂੰ ਮੇਰਾ ਨਾਂ ਨਹੀਂ ਬਦਲਿਆ ਉਹਨਾਂ ਨੇ ਤੁਹਾਡਾ ਨਾਂ ਕੀ ਸੀ ਮੇਰਾ ਨਾਂ ਨਜ਼ੀਰ ਨਜ਼ੀਰ ਹਾਂਜੀ ਤੁਹਾਡਾ ਨਾਂ ਨਜ਼ੀਰ ਹੀ ਰਹਿਣ ਦਿੱਤਾ ਉਹਨੇ ਹਾਂਜੀ ਨਜ਼ੀਰ ਕਰਕੇ ਬੁਲਾਉਂਦਾ ਸੀ ਹਾਂਜੀ ਕਿੰਨੇ ਕੁ ਦਿਨਾਂ 'ਚ ਤੁਸੀਂ ਰੋਣਾ ਹਟ ਗਏ ਸੀ ਉੱਥੇ ਰਹਿੰਦਿਆਂ ਆ ਉਹ ਤੈਨੂੰ ਦੱਸਣ ਲੱਗਾ ਗੱਲ ਸਾਰੀ ਯਾਰ ਹਾਂ ਹਾਂ ਉੱਥੇ ਜੇ ਚਲੇ ਗਏ ਨਾ ਮਰਸ਼ਲ ਨੇ ਸਾਨੂੰ ਸਾਂਭਿਆ ਨਹੀਂ ਤੁਸੀਂ ਉਹ ਤੰਦੂਰ ਵਾਲੇ ਕੋਲ ਚਲੇ ਗਏ ਤੰਦੂਰ ਵਾਲੇ ਕੋਲ ਚਲੇ ਜਾਂਦੇ ਆ ਹਾਂ ਉਹਨੇ ਕਿਹਾ ਜੀ ਆਹ ਮੇਰਾ ਹਰਜੀ ਆ ਜੇ 5 ਪਕਾਓ ਅੱਧਾ ਪੇੜਾ ਜੇ 10 ਪਕਾਓ ਤਾਂ ਸਬੂਤਾ ਪੇੜਾ ਉਹਨੇ ਕਿਹਾ ਯਾਰ ਤੂੰ 5 ਦਾ ਵੀ ਲੈ ਲਿਆ ਕਰ ਅਤੇ 10 ਦਾ ਵੀ ਲੈ ਲਿਆ ਕਰ ਪੇੜਾ ਜੇ 5 ਸਾਨੂੰ 5 ਚਾਹੀਦੀਆਂ ਨਾ ਅਤੇ ਤੂੰ 5 ਦਾ ਵੀ ਪੇੜਾ ਇੱਕ ਰੋਟੀ 'ਚ ਲੈ ਲਿਆ ਕਰ 10 ਦਾ ਵੀ ਲੈ ਲਿਆ ਕਰ ਉਹ ਘਰ ਆ ਕੇ ਦੇ ਜਾਂਦਾ ਸੀ ਤੰਦੂਰ ਵਾਲਾ ਰੋਟੀ ਘਰ ਆ ਕੇ ਦੇ ਜਾਂਦਾ ਸੀ ਉਹਨੂੰ ਇਹ ਦੱਸਿਆ ਸੀ ਗੱਲ ਵੀ ਜਦੋਂ 20 ਕਿਲੋ ਜਾਂ 10 ਕਿਲੋ ਆਟਾ ਹੋ ਜਾਣਾ ਆਟਾ ਰੋਟੀ ਤੂੰ ਪਕਾਉਣੀ ਆ ਆਪਣੇ ਆਟੇ ਦੀ ਹਾਂ ਜਾਂ ਮਿਸਾਲ ਹੈ ਤੂੰ ਆਪਣਾ ਹਿਸਾਬ ਰੱਖਣਾ ਰੋਜ਼ ਤਾਂ ਅਸੀਂ ਆਟਿਆਂ ਨੂੰ ਲਿਆਉਣਾ ਰਹੇ ਤੇਰੇ ਕੋਲ ਅਤੇ ਤੂੰ ਨਾ 10 ਕਿਲੋ ਆਟਾ ਹੋ ਗਿਆ ਨਾ ਤੇਰਾ ਅਤੇ 10 ਕਿਲੋ ਤੈਨੂੰ ਅਸੀਂ ਦੇ ਦਿਆ ਕਰਾਂਗੇ ਆਟਾ ਸੁੱਕਾ ਠੀਕ ਹੈ ਜੀ ਚਲੋ ਚੱਲਦਾ ਰਿਹਾ ਕੰਮ ਇੱਕ ਦਿਨ ਨਾ
ਮੈਨੂੰ ਆਖਣ ਲੱਗਿਆ ਪੁੱਤਰਾ, ਮੈਂ ਕਿਹਾ ਹਾਂ, ਮੈਂ ਵਾਹਵਾ ਹੋ ਗਿਆ, 5-6 ਸਾਲ ਹੋਰ ਲੰਘ ਗਏ। ਅੱਛਾ, 5-6 ਸਾਲ ਇਵੇਂ ਲੰਘ ਗਏ, ਤੁਸੀਂ ਨਾਲ ਰਹਿੰਦੇ ਰਹੇ ਹੁੰਦੇ, ਤੁਹਾਡਾ ਹੌਲੀ ਹੌਲੀ ਦਿਲ ਲੱਗ ਗਿਆ ਸੀ ਫਿਰ? ਹਾਂਜੀ, ਉਹ ਦਿਲ ਮੇਰਾ ਉਹ ਜਿਹੜਾ ਸੀ ਨਾ ਬੰਦਾ ਚੰਗਾ ਬੰਦਾ ਸੀ। ਹਾਂਜੀ, ਮੈਂ ਤੁਹਾਨੂੰ ਦੱਸੀ ਨੀ ਗੱਲ, ਦੋ ਚੁਰਸਤਿਆਂ ਤੇ ਉਹਨੇ ਪਾਓ ਲਾ ਦੇਣੇ ਆ ਬੰਦੇ, 6-3 ਉਹਦੇ ਤੇ 3 ਉਹਦੇ ਤੇ, ਦੋ ਚੁਰਸਤਿਆਂ ਤੇ ਉਹ ਲੰਗਰ ਲਾਉਂਦਾ ਹੁੰਦਾ ਸੀ ਹਰ ਸਾਲ। ਹਾਂਜੀ, 3 ਮਹੀਨੇ 3 ਮਹੀਨੇ ਲਗਾਤਾਰ। ਹਾਂਜੀ। ਅੱਛਾ, ਫਿਰ ਉਹਨੇ ਤੁਸੀਂ ਤਾਂ ਵਾਹਵਾ ਹੋ ਗਏ, ਉਡਾਰ ਹੋ ਗਏ। ਹਾਂਜੀ, ਹੈਂ, 5-6 ਸਾਲ ਲੰਘੇ। ਮੈਨੂੰ ਆਖਣ ਲੱਗਿਆ ਪੁੱਤਰਾ, ਤੰਦੂਰ 'ਚ ਰੋਟੀਆਂ ਕਦੇ ਸਾੜ ਦਿੰਦਾ, ਕਦੇ ਕੁਝ ਕਰ ਦਿੰਦਾ, ਅਤੇ ਨਾ ਤੁਸੀਂ ਨਾ ਇੰਝ ਕੰਮ ਕਰੋ, ਘਿਓ ਆਪਣੇ ਕੋਲ ਟੀਨ ਭਰੇ ਪਏ ਨੇ। ਅੱਛਾ ਜੀ। ਅਤੇ ਆਹ ਕੜਾਹੀ ਪਈ ਆ ਸਾਡੇ ਕੋਲ, ਹੈਂ, ਰੋਟੀ ਜਿੰਨੀ ਕੁ ਵਧੀ ਨਾ, ਹੈਂ, ਆਟਾ ਗੁੰਨ ਕੇ ਅਤੇ ਘਿਓ 'ਚ ਛੱਡ ਦਿੱਤੀ। ਅੱਛਾ ਜੀ। ਘਿਓ 'ਚ ਆਪੇ ਪੱਕ ਜਾ ਕਰਨੀ ਹੈ, ਹਾਂ, ਅਤੇ ਮੈਂ ਤੈਨੂੰ ਦੱਸਾਂਗਾ। ਹਾਂ, ਆਟਾ ਗੁੰਨਣ ਲੱਗ ਗਏ। ਤੁਸੀਂ ਆਟਾ ਗੁੰਨਣ ਲੱਗ ਪਏ, ਉਸ ਵੇਲੇ ਤੁਹਾਡੀ ਉਮਰ ਹੋ ਗਈ ਸੀ 11-12 ਸਾਲ, 5-6 ਸਾਲ? ਬਿਲਕੁਲ ਨਹੀਂ ਨਹੀਂ ਨਹੀਂ, ਇੰਨੀ ਉਮਰ ਨਹੀਂ ਸੀ ਮੇਰੀ। ਨਹੀਂ, ਤੁਸੀਂ ਕਿਹਾ ਨਾ ਕਿ 5-6 ਸਾਲ ਇਵੇਂ ਲੰਘ ਹੈ। ਆਹੋ, ਲੰਘ ਗਏ ਬਿਲਕੁਲ ਬਿਲਕੁਲ, ਅਤੇ 5-6 ਸਾਲ ਮਿਲਾ ਕੇ ਤੁਹਾਡੀ ਉਮਰ ਹੋ ਗਈ 11-12 ਸਾਲ। ਬਿਲਕੁਲ।